ਗੁਰੂ ਸਵਾਰਿਓ ਜੀ, ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸੈਨਿਕ, ਉਹ ਗੁਰੂ ਚਰਨਾਂ ਵਿੱਚ ਆਉਂਦਾ, ਮੱਥਾ ਟੇਕ ਕੇ ਗੁਰੂ ਜੀ ਦੇ ਬੋਲ ਵੀ ਸੁਣਦਾ, ਲੰਗਰ ਵੀ ਛਕਦਾ। ਪਰ ਉਹ ਹੁਣ ਸੈਨਿਕ ਸੀ, ਫੌਜੀ ਸੀ, ਸਿਪਾਹੀ ਸੀ, ਅਤੇ ਉਹਦੀ ਬਿਰਤੀ ਵੀ ਉਸ ਤਰ੍ਹਾਂ ਦੀ ਬਣੀ ਹੋਈ ਸੀ। ਉਹ ਗੁਰੂ ਜੀ ਦੇ ਜਦੋਂ ਸ਼ਸਤਰ ਵਸਤਰ ਪਾਏ ਹੋਏ ਐਨ ਸਨੱਦਬੱਧ ਰੂਪ ਵਿੱਚ ਦਰਸ਼ਨ ਕਰਦਾ, ਅਤੇ ਉਹਦੀ ਕਦੇ ਕਦਾਈ ਨਜ਼ਰ ਜਿਹੜੀ ਹੈ ਉਹ ਗੁਰੂ ਜੀ ਦੀ ਕਿਰਪਾਨ 'ਤੇ ਟਿਕ ਜਾਂਦੀ ਹੈ, ਕਦੇ ਕਦਾਈ ਸ਼ਾਹੀ ਕਲਗੀ 'ਤੇ ਟਿਕ ਜਾਂਦੀ ਹੈ, ਕਦੇ ਕਦਾਈ ਉਹਦੀ ਨਜ਼ਰ ਜਿਹੜੀ ਹੈ ਉਹ ਇਸ ਕੰਧੇ 'ਤੇ ਲਟਕਾਏ ਹੋਏ ਤੀਰਾਂ ਦੇ ਪੱਥੇ ਵੱਲ ਚਲੀ ਜਾਂਦੀ ਹੈ। ਉਹਦੀ ਕਦੇ ਕਦਾਈ ਜਿਹੜੀ ਨਜ਼ਰ ਹੈ ਉਹ ਗੁਰੂ ਕੋਲ ਪਕੜੇ ਹੋਏ ਕਮਾਨ 'ਤੇ ਚਲੀ ਜਾਂਦੀ ਹੈ। ਹੁਣ ਗੁਰੂ ਜੀ ਦੇ ਕੋਲ ਉਸ ਵੇਲੇ ਜਿਹੜਾ ਕਮਾਨ ਹੁੰਦਾ ਸੀ ਉਹ ਨੌਂ ਟਾਂਕ ਦਾ ਸੀ। ਇਹ ਹੁੰਦਾ ਵੀ ਕਿੰਨਾ ਕੁ ਝੁਕਾ ਕੇ ਉਸ ਜ਼ੋਰ ਦੇ ਨਾਲ ਉਹਦੇ ਉੱਤੇ ਤੰਦ ਚੜ੍ਹਾਉਣੀ ਹੈ। ਉਹਨੂੰ ਇਸ ਗੱਲ ਨਾਲ ਨਾਪਿਆ ਜਾਂਦਾ ਵੀ ਇਹ ਕਮਾਨ ਕਿੱਡਾ ਕੁ ਕਮਾਲ ਦਾ। ਹੁਣ ਜਿਹਦੇ ਯੋਧੇ ਵਿੱਚ ਆਪਣੇ 'ਚ ਜ਼ੋਰ ਨਾ ਹੋਵੇ ਉਹ ਕਮਾਨ ਨੂੰ ਝੁਕਾ ਕੇ ਉਹਦੇ ਉੱਤੇ ਤੰਦ ਨਹੀਂ ਚੜ੍ਹਾ ਸਕਦਾ ਜਿਹਦੇ ਉੱਤੇ ਰੱਖ ਕੇ ਤੀਰ ਚਲਾਇਆ ਜਾਂਦਾ। ਉਹ ਸੈਨਿਕ ਹੈ, ਉਹਨੂੰ ਪਤਾ ਇਸ ਗੱਲ ਦਾ। ਉਹ ਗੁਰੂ ਜੀ ਨੂੰ ਇੱਕ ਬੇਨਤੀ ਕਰਦਾ, ਕਹਿਣ ਲੱਗਿਆ ਪਾਤਸ਼ਾਹ, ਹੁਣ ਇਹ ਤਾਂ ਕੁਦਰਤੀ ਗੱਲ ਹੈ ਵੀ ਜਿਹੜਾ ਜਿਸ ਪਾਸੇ ਵਿੱਚ ਵਿਚਰਿਆ ਹੋਇਆ ਹੋਵੇ ਉਹਦੇ ਮਨ ਦੇ ਸਵਾਲ ਵੀ ਉਹੋ ਜਿਹੇ ਹੁੰਦੇ ਨੇ। ਅਸਲ ਵਿੱਚ ਸਵਾਲ ਵੀ ਪ੍ਰਗਟ ਕਰ ਦਿੰਦਾ ਵੀ ਮਨੁੱਖ ਕਿਸ ਅਵਸਥਾ 'ਤੇ ਖੜ੍ਹਾ ਹੈ, ਇਹ ਕਿੱਥੇ ਕੁ ਰੁਕਿਆ ਹੋਇਆ ਜਾਂ ਇਹਦੇ ਵਿਚਾਰ ਕੀ ਨੇ। ਸਵਾਲ ਵੀ ਇੱਕ ਬਹੁਤ ਵੱਡਾ ਪ੍ਰਗਟਾਵਾ ਹੁੰਦਾ ਅੰਦਰੂਨੀ ਹਾਲਤ ਦੇ ਉਸ ਵਿਆਖਿਆ ਕਰਨ ਵਾਸਤੇ। ਉਹ ਗੁਰੂ ਜੀ ਨੂੰ ਇੱਕ ਬੇਨਤੀ ਕਰਦਾ, ਕਹਿਣ ਲੱਗਿਆ ਪਾਤਸ਼ਾਹ, ਤੁਹਾਡੀ ਤੀਰ ਅੰਦਾਜ਼ੀ ਦੀਆਂ ਅਸੀਂ ਬੜੀ ਵਾਰੀ ਗੱਲਾਂ ਸੁਣੀਆਂ ਨੇ। ਮੈਂ ਸੈਨਿਕ ਹੋਣ ਦੇ ਨਾਤੇ ਇਹਨਾਂ ਗੱਲਾਂ ਨੂੰ ਬੜਾ ਧਿਆਨ ਦੇ ਕੇ ਸੁਣਦਾ ਰਿਹਾ। ਸੁਣਿਆ ਮੈਂ ਤੁਹਾਡੇ ਇਤਿਹਾਸ ਵਿੱਚੋਂ, ਸੁਣਿਆ ਮੈਂ ਤੁਹਾਡੇ ਸਿੱਖਾਂ ਕੋਲੋਂ, ਅਨੰਦਪੁਰ ਸਾਹਿਬ ਦੇ ਵਿੱਚ ਤੁਹਾਡੀ ਤੀਰ ਅੰਦਾਜ਼ੀ, ਚਮਕੌਰ ਦੀ ਗੜੀ ਵਿੱਚ ਕੀਤੀ ਹੋਈ ਤੀਰ ਅੰਦਾਜ਼ੀ, ਅਤੇ ਉਸ ਮੁਕਤਸਰ ਦੀ ਜੰਗ ਦੇ ਵਿੱਚ ਖਿਦਰਾਣੀ ਦੀ ਢਾਬ ਦੇ ਉੱਤੇ ਕੀਤੀ ਹੋਈ ਤੀਰ ਅੰਦਾਜ਼ੀ, ਭਾਈ ਡੱਲੇ ਦੇ ਕੋਲ ਦਮਦਮਾ ਸਾਹਿਬ ਵਿੱਚ ਕੀਤੀ ਹੋਈ ਤੀਰ ਅੰਦਾਜ਼ੀ, ਕਿੰਨੇ ਹੀ ਪੱਖ ਨੇ ਜਿੱਥੇ ਕਈ ਵਾਰੀ ਤੁਹਾਡੇ ਤੀਰਾਂ ਦੀ ਚਰਚਾ ਚੱਲਦੀ ਰਹੀ। ਮੇਰੇ ਮਨ 'ਚ ਬੜੀ ਲਾਲਸਾ ਵੀ ਜੇ ਸੁਭਾਵ ਨਾਲ ਦਰਸ਼ਨ ਹੋ ਗਏ ਨੇ ਤਾਂ ਪਾਤਸ਼ਾਹ ਮੈਂ ਉਹ ਕਮਾਲ ਦੇਖਣਾ ਚਾਹੁੰਦਾ, ਮੈਂ ਦਰਸ਼ਨ ਕਰਨਾ ਚਾਹੁੰਦਾ। ਸਤਿਗੁਰੂ ਨੇ ਆਖਿਆ ਵੀ ਕੋਈ ਗੱਲ ਨਹੀਂ, ਇਵੇਂ ਕਰਨੇ, ਤੀਰ ਮੈਂ ਚਲਾਵਾਂਗਾ, ਨਿਸ਼ਾਨਾ ਕਿੱਥੇ ਲਾਉਣਾ ਨਿਸ਼ਚਿਤ ਤੁਸੀਂ ਕਰੋਗੇ ਤਾਂ ਕਿ ਮਨ ਵਿੱਚੋਂ ਸ਼ੰਕਾ ਨਿਵਿਰਤ ਹੋ ਜਾਏ। ਤੁਸੀਂ ਇਵੇਂ ਆਇਓ, ਇਵੇਂ ਸੀ ਤਾਂ ਕੀ ਹੋਇਆ। ਹੁਣ ਉਸ ਸੈਨਿਕ ਨੇ
ਬਾਹਰ ਇੱਕ ਦਰਖਤ ਦੇ ਉੱਤੇ ਉਹਦੇ ਪੱਤੇ ਉੱਤੇ ਛੋਟਾ ਜਿਹਾ ਇੱਕ ਨਿਸ਼ਾਨ ਲਾ ਦਿੱਤਾ। ਹੁਣ ਇਹ ਨਿਸ਼ਾਨਾ ਲਾਉਣਾ ਬੜਾ ਔਖਾ, ਦਰਖਤ 'ਤੇ ਲਾਉਣਾ ਬੜਾ ਸੌਖਾ ਹੁੰਦਾ, ਕਿਉਂਕਿ ਉਹ ਛੋਟਾ ਜਿਹਾ ਪੱਤਾ ਹੈ। ਉਹ ਪੱਤਾ ਨਿੱਕਾ ਜਿਹਾ ਹਵਾ ਦਾ ਝੌਂਕਾ ਆਵੇ ਤਾਂ ਉਹ ਹਿੱਲਦਾ, ਹਿੱਲਦੇ ਪੱਤੇ ਉੱਤੇ ਵਿੱਚ ਵੀ ਕੋਈ ਨਿਸ਼ਾਨ ਲੱਗਿਆ ਹੋਇਆ, ਉਸ ਨਿਸ਼ਾਨ 'ਚ ਤੀਰ ਲਾਉਣਾ। ਇਹ ਤਾਂ ਬੜੀ ਔਖੀ ਗੱਲ ਸੀ ਆਮ ਬੰਦੇ ਲਈ। ਗੁਰਦੇਵ ਸੱਚੇ ਪਾਤਸ਼ਾਹ ਨੇ ਨਿਸ਼ਾਨਾ ਬਿੰਨਿਆ, ਉਡੀਕ ਕੀਤੀ। ਇਹ ਇੱਕ ਕਲਾ ਹੁੰਦੀ ਹੈ ਵੀ ਮੇਰਾ ਛੱਡਿਆ ਤੀਰ ਕਿੰਨੇ ਸਮੇਂ 'ਚ ਉੱਥੇ ਜਾਏਗਾ। ਅਗਰ ਪੱਤਾ ਇਵੇਂ ਹਿੱਲਦਾ ਤਾਂ ਕਿੰਨੇ ਸਮੇਂ 'ਚ ਪੱਤਾ ਇੱਥੇ ਆਏਗਾ, ਸਾਰਾ ਕੁਛ ਵਿਚਾਰ ਕੇ ਉਵੇਂ ਤੀਰ ਅੰਦਾਜ਼ੀ ਕੀਤੀ ਜਾਂਦੀ ਹੈ। ਗੁਰੂ ਜੀ ਨੇ ਸਾਰੀ ਗੱਲ ਆਰਾਮ ਨਾਲ ਵਿਚਾਰ ਕੇ ਅਤੇ ਦਾਤੇ ਨੇ ਰਹਿਮਤ ਕੀਤੀ ਅਤੇ ਉਹ ਤੀਰ ਛੱਡਿਆ। ਤੀਰ ਵਿੱਚੋਂ ਦੀ ਲੰਘ ਕੇ ਜਿੱਥੇ ਨਿਸ਼ਾਨ ਲਾਇਆ ਸੀ ਸਮੇਤ ਪੱਤੇ ਦੇ ਲੈ ਕੇ ਚਲਾ ਗਿਆ, ਪੱਤਾ ਪਾੜ ਦਿੱਤਾ। ਉਹਨੇ ਦੇਖਿਆ, ਦੇਖ ਕੇ ਬੜਾ ਹੈਰਾਨ ਹੋਇਆ, ਬਹੁਤ ਹੈਰਾਨ ਹੋਇਆ। ਗੁਰੂ ਜੀ ਨੂੰ ਆ ਕੇ ਸਿਜਦਾ ਕੀਤਾ, ਕਹਿਣ ਲੱਗੇ, ਹਾਂ ਪਾਤਸ਼ਾਹ, ਐਵੇਂ ਨਹੀਂ ਸਿੱਖ ਤੁਹਾਨੂੰ ਮੱਥਾ ਟੇਕਦੇ, ਐਵੇਂ ਨਹੀਂ ਐਡਾ ਮਾਣ ਭਰਿਆ ਇਤਿਹਾਸ ਤੁਸੀਂ ਰੋਜ਼ ਸੁਣਾਉਂਦੇ ਹੋ, ਐਵੇਂ ਨਹੀਂ ਤੁਹਾਡੇ ਯੋਧਿਆਂ ਨੇ ਐਡੀਆਂ ਐਡੀਆਂ ਕੁਰਬਾਨੀਆਂ ਕੀਤੀਆਂ, ਕੇਵਲ ਤੁਹਾਡੇ ਬੋਲਾਂ ਦੇ ਵਿੱਚੋਂ, ਕੇਵਲ ਅੰਮ੍ਰਿਤਮਈ ਬਾਣੀ ਵਿੱਚੋਂ ਹੀ ਆਨੰਦ ਨਹੀਂ ਮਿਲਦਾ, ਤੁਹਾਡੇ ਹਰ ਕਰਮ 'ਚੋਂ ਆਨੰਦ ਮਿਲਦਾ। ਪਾਤਸ਼ਾਹ, ਮੇਰੀ ਤਸੱਲੀ ਹੋ ਗਈ। ਹੁਣ ਇਹ ਕੁਦਰਤੀ ਗੱਲ ਹੈ, ਜਦੋਂ ਕਿਸੇ ਬੰਦੇ ਨੂੰ ਜਿਸ ਰਾਹ ਦਾ ਉਹ ਪਾਉਂਦੀ ਹੋਵੇ ਉਹਨੂੰ ਇਹ ਗੱਲ ਲੱਭੇ ਤਾਂ ਉਹਦੀ ਖੁਸ਼ੀ ਜਿਹੜੀ ਉਹ ਸੰਭਾਲੀ ਨਹੀਂ ਜਾਂਦੀ। ਇਹ ਸੁਭਾਵਿਕ ਬਾਤ ਹੁੰਦੀ ਹੈ, ਜਦੋਂ ਫੁੱਲ ਪੂਰਾ ਖਿੜ ਜਾਂਦਾ ਨਾ ਤਾਂ ਖੁਸ਼ਬੋ ਵੰਡਣ ਲੱਗ ਪੈਂਦਾ। ਜਿਸ ਭਾਂਡੇ 'ਚ ਤੁਸੀਂ ਕੋਈ ਚੀਜ਼ ਪਾਓ, ਆਖਰ ਉਹ ਭਾਂਡਾ ਜਦੋਂ ਭਰ ਗਿਆ ਤਾਂ ਉਹ ਵੰਡਣ ਲੱਗ ਪੈਂਦਾ, ਬਾਹਰ ਡੁੱਲਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਇਸ ਸੈਨਿਕ ਦੇ ਮਨ ਵਿੱਚ ਇਸ ਲਾਏ ਹੋਏ ਨਿਸ਼ਾਨੇ 'ਤੇ ਗੁਰੂ ਦੇ ਕੀਤੇ ਇਵੇਂ ਦੇ ਦੀਦਾਰ, ਉਹਦੀਆਂ ਸਾਰੀਆਂ ਚੁਸਤ ਚਲਾਕੀਆਂ ਦਾ ਮਿਲਿਆ ਹੋਇਆ ਜਵਾਬ ਉਹਨੂੰ ਇੱਕ ਇਹੋ ਜਿਹੀ ਅਗੰਮੀ ਖੁਸ਼ੀ ਦੇ ਕੇ ਗਿਆ। ਕੁਝ ਦਿਨਾਂ ਬਾਅਦ ਉਹ ਬਹਾਦਰ ਸ਼ਾਹ ਦੇ ਦਰਬਾਰ 'ਚ ਬੈਠਾ ਹੈ ਅਤੇ ਉਹਨੇ ਉੱਥੇ ਵੀ ਬਹਾਦਰ ਸ਼ਾਹ ਦੇ ਨਾਲ ਗੱਲ ਕੀਤੀ, ਬਈ ਇਹ ਇਹਨਾਂ ਦੇ ਨਾਮ ਬੜੇ ਵੱਡੇ ਵੱਡੇ ਹੁੰਦੇ ਨੇ, ਬਹੁਤ ਵੱਡੇ ਨਾਮ ਨੇ ਬਹਾਦਰ ਸ਼ਾਹ ਦਾ ਵੀ। ਉਹਨੂੰ ਕਹਿਣ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਤੀਰ ਅੰਦਾਜ਼ੀ ਕੀਤੀ ਨਾ, ਮੈਂ ਸੁਣਿਆ ਸੀ ਪਰ ਕਮਾਲ ਹੈ, ਜਦੋਂ ਦੇਖਿਆ ਤਾਂ ਮੈਂ ਹੈਰਾਨ ਹੋ ਗਿਆ। ਮੈਂ ਇੱਕ ਬੇਨਤੀ ਕਰਾਂਗਾ ਤੁਹਾਨੂੰ ਵੀ, ਕਿਤੇ ਖੁੱਲ੍ਹੀ ਤੀਰ ਅੰਦਾਜ਼ੀ ਹੋਵੇ ਗੁਰੂ ਦੇ, ਤੁਸੀਂ ਕੌਤਕ ਦੇਖੋ ਨਾ ਅਤੇ ਹੈਰਾਨ ਹੋ ਜਾਓਗੇ। ਬਹਾਦਰ ਸ਼ਾਹ ਵੀ ਖੁਸ਼ ਹੋਇਆ, ਕਹਿਣ ਲੱਗਿਆ ਠੀਕ ਹੈ, ਇਵੇਂ ਨਿਸ਼ਾਨੇ ਲਾਉਣ ਨਾਲੋਂ ਜਿਹੜਾ ਤੁਸੀਂ ਪੱਤੇ 'ਤੇ ਨਿਸ਼ਾਨਾ ਲਾਇਆ ਉਹ ਫਿਰ ਵੀ ਕਿਸੇ ਹੱਦ ਤੱਕ ਨਿਸ਼ਚਿਤ ਹੈ ਵੀ ਮੈਂ ਉੱਥੇ ਨਿਸ਼ਾਨਾ ਲਾਉਣਾ। ਅਸਲ ਨਿਸ਼ਾਨੇ ਦਾ ਪਤਾ ਲੱਗਦਾ ਹੁੰਦਾ ਹੈ ਜਦੋਂ ਬੰਦਾ ਸ਼ਿਕਾਰ ਖੇਡਦਾ ਹੈ, ਕਿ ਉਦੋਂ ਤਾਂ ਅਚਾਨਕ ਆ ਕੇ ਸਾਰਾ ਕੁਝ ਹਮਲਾ ਹੋਣਾ ਹੁੰਦਾ, ਉਦੋਂ ਕਿਹੜਾ ਨਿਸ਼ਚਿਤ ਕੀਤਾ ਹੁੰਦਾ ਵੀ ਕਿੱਧਰੋਂ ਆ ਕੇ ਸ਼ਿਕਾਰ ਨੇ ਮੇਰੇ 'ਤੇ ਵਾਰ ਕਰ ਜਾਣਾ, ਉਦੋਂ ਝਟਪਟ ਫੈਸਲਾ ਕਰਨਾ ਅਤੇ ਉਸ ਵੇਲੇ ਫੁਰਤੀ ਦੇ ਨਾਲ ਇਹ ਸਾਰਾ ਕੁਛ ਕਰਨਾ, ਅਤੇ ਉਦੋਂ ਸਾਰੀ ਬਹਾਦਰੀ ਦਾ ਪਤਾ ਲੱਗਦਾ ਵੀ ਕੋਈ ਗੱਲ ਨਹੀਂ, ਗੁਰੂ ਜੀ ਦੀ ਗੱਲ ਸੁਣੀ ਅਸੀਂ ਵੀ ਸੁਣੀ ਹੈ
ਅਤੇ ਕਦੇ ਦੇਖਾਂਗੇ। ਕੁਛ ਦਿਨਾਂ ਬਾਅਦ ਐਸਾ ਸਬੱਬ ਬਣਿਆ, ਸ਼ਿਕਾਰ 'ਤੇ ਗਏ ਨੇ ਹੁਣ ਇਕੱਠੇ। ਬਹਾਦਰ ਸ਼ਾਹ ਦਾ ਘੋੜਾ ਹੈ, ਸ਼ਾਨੋ ਸ਼ੌਕਤ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਘੋੜਾ ਹੈ, ਸਿੱਖ ਇਹਨਾਂ ਦੇ ਨਾਲ ਵੀ ਨੇ। ਇੱਧਰੋਂ ਬਹਾਦਰ ਸ਼ਾਹ, ਇੱਧਰੋਂ ਗੁਰੂ ਗੋਬਿੰਦ ਸਿੰਘ ਜੀ, ਅਤੇ ਪਿੱਛੇ ਆਪੋ ਆਪਣੇ ਸੈਨਿਕ ਨੇ, ਸੇਵਕ ਨੇ। ਇੱਕ ਲੰਮੀ ਲਾਈਨ ਹੈ। ਜਦੋਂ ਜੰਗਲ ਵਿੱਚ ਜਾ ਰਹੇ ਨੇ, ਇਹ ਆਗਰੇ ਦੀ ਸਾਰੇ ਕੌਤਕਾਂ ਨੇ ਚੇਤੇ ਰੱਖਿਓ ਜੇ। ਇੱਕ ਬੇਨਤੀ ਮੈਂ ਹੋਰ ਕਰਦੇ ਹਾਂ ਤਾਂ ਕਿ ਆਪਾਂ ਨੂੰ ਗੱਲ ਪਕੜ ਵਿੱਚ ਆ ਜਾਏ। ਜੁਲਾਈ ਮਹੀਨੇ 'ਚ ਸਤਿਗੁਰੂ ਜੀ ਇੱਥੇ ਆਏ ਸਨ, ਅਤੇ ਨਵੰਬਰ ਮਹੀਨੇ 'ਚ ਇੱਥੋਂ ਵਿਦਾਇਗੀ ਹੈ। ਜੁਲਾਈ ਦਾ ਐਂਡੀ ਸੀ, ਅਖੀਰੀ ਸੀ, ਜਦੋਂ ਆਏ ਨੇ। 23 ਤਰੀਕ ਨੂੰ ਗੁਰੂ ਜੀ ਨੂੰ ਖਿਲਤ ਭੇਟ ਕੀਤੀ ਗਈ ਹੈ 1707 23 ਜੁਲਾਈ ਨੂੰ, ਅਤੇ ਨਵੰਬਰ ਦੇ ਮਹੀਨੇ 'ਚ ਪਾਤਸ਼ਾਹ ਨੇ ਇੱਥੋਂ ਜਾਣਾ ਹੈ, ਵਿਦਾਇਗੀ ਲੈਣੀ। ਇਹ ਜਿਹੜਾ ਕਰੀਬ ਸਾਢੇ ਕੁ 3 ਮਹੀਨੇ ਦਾ ਸਮਾਂ ਬਣਦਾ ਹੈ ਨਾ, ਇਹਨਾਂ ਸਮਿਆਂ ਵਿੱਚ ਵਰਤੇ ਹੋਏ ਸਾਰੇ ਕੌਤਕ ਨੇ। ਬਹੁਤ ਧਿਆਨ ਦੇ ਕੇ ਸੁਣਿਓ ਇਸ ਗੱਲ ਨੂੰ। ਆਪਾਂ ਆਪਣੀ ਗੱਲ ਵੱਲ ਚੱਲੀਏ। ਹੁਣ ਉਹ ਕਹਿਣ ਲੱਗਾ ਵੀ ਜਦੋਂ ਇਵੇਂ ਆਪਸ ਵਿੱਚ ਹੀ ਜਾ ਰਹੇ ਨੇ, ਪਿੱਛੇ ਸੈਨਿਕ ਆ ਰਹੇ ਨੇ, ਜਿਹੜੇ ਰਾਹ ਦੇ ਵਿੱਚ ਕਦੇ ਕੋਈ ਖਰਗੋਸ਼ ਆ ਗਿਆ, ਕੋਈ ਹੋਰ ਇਹੋ ਜਿਹੇ ਜਾਨਵਰ ਆ ਗਏ, ਮਿਰਗ ਆ ਗਿਆ ਕੋਈ, ਉਹ ਸੌਖੇ ਜਿਹੇ ਢੰਗ ਨਾਲ ਸ਼ਿਕਾਰ ਕਰਦੇ ਚਲੇ ਗਏ। ਇਵੇਂ ਹੁਣ ਰੌਲਾ ਪੈਂਦਾ ਜਾ ਰਿਹਾ ਹੈ, ਕਿਉਂਕਿ ਇੰਨੇ ਘੋੜਿਆਂ ਦੇ, ਇੰਨੇ ਸੈਨਿਕਾਂ ਦੇ ਨਾਲ, ਇੰਨੇ ਸਿੱਖਾਂ ਦੇ ਨਾਲ, ਕੁਦਰਤੀ ਗੱਲ ਹੈ, ਟਿੱਕੇ ਹੋਏ ਜੰਗਲ ਵਿੱਚ ਥੋੜ੍ਹਾ ਜਿਹਾ ਹਿਲਜੁਲ ਹੁੰਦੀ ਹੈ। ਤਾਂ ਕੁਝ ਦੂਰੀ ਉੱਤੋਂ ਇੱਕ ਸ਼ੇਰ ਸਾਹਮਣੇ ਦਿਸਿਆ, ਅਤੇ ਉਹਦੀ ਵੱਜੀ ਹੋਈ ਦਹਾੜ ਨੇ ਸਾਰਿਆਂ ਦਾ ਧਿਆਨ ਖਿੱਚ ਲਿਆ। ਸ਼ੇਰ ਨੇ ਦਹਾੜ ਮਾਰੀ, ਹੁਣ ਇਹ ਜੰਗਲੀ ਸ਼ੇਰ ਸੀ। ਆਪਾਂ ਨੇ ਤਾਂ ਜਿਹੜੇ ਸਰਕਸਾਂ ਵਾਲੇ ਨੇ ਜਾਂ ਜ਼ੂ ਵਿੱਚ ਹੁੰਦੇ ਸ਼ੇਰ, ਉਹੀ ਦੇਖੇ ਹੋਏ ਨੇ ਨਾ ਸਾਡੀਆਂ ਨਜ਼ਰਾਂ ਵਿੱਚ, ਤਾਂ ਉਹਨਾਂ ਦੀ ਉਹ ਤਸਵੀਰਾਂ ਬਣ ਜਾਂਦੀਆਂ ਜਿਹੜਾ ਆਪਾਂ ਸ਼ੇਰ ਦੀ ਗੱਲ ਕਰਨੇ। ਪਰ ਇਹ ਜਿਹੜੇ ਜੰਗਲ ਵਿੱਚ ਆਪਣੀ ਮਰਜ਼ੀ ਨਾਲ ਰਾਜਿਆਂ ਵਾਂਗੂ ਰਹੇ ਹੋਏ ਸ਼ੇਰ ਹੁੰਦੇ ਨੇ, ਉਹਨਾਂ ਦੀ ਇੱਕ ਵੱਖਰੀ ਦਿੱਖ ਹੁੰਦੀ ਹੈ। ਇਸ ਤਰ੍ਹਾਂ ਉਹ ਪਲਿਆ ਹੋਇਆ ਚੰਗਾ ਮੋਟਾ ਡਾਢਾ ਸ਼ੇਰ, ਜਦੋਂ ਉਹਨੇ ਦਹਾੜ ਮਾਰੀ, ਇੱਕ ਵਾਰੀ ਜੰਗਲ 'ਚ ਸਨਾਟਾ ਛਾ ਗਿਆ। ਕਈਆਂ ਨੇ ਘੋੜਿਆਂ ਦੀਆਂ ਲਗਾਮਾਂ ਖਿੱਚ ਕੇ ਹੌਲੀ ਕਰ ਲਏ। ਉਦੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਦਰ 'ਤੇ ਪਹਿਲਾਂ ਬਹਾਦਰ ਸ਼ਾਹ ਦੇ ਬੰਦੇ, ਬਹਾਦਰ ਸ਼ਾਹ ਨੇ ਇਸ਼ਾਰਾ ਕੀਤਾ, ਉਹਦੇ ਬੰਦੇ ਅੱਗੇ ਆਏ ਸ਼ੇਰ ਮਾਰਨ ਵਾਸਤੇ। ਉਹਦੇ ਵਿੱਚੋਂ ਦੋ ਦਾ ਜ਼ਿਕਰ ਬੜਾ ਖਾਸ ਕਰਨ ਯੋਗ ਹੈ। ਇੱਕ ਦਾ ਨਾਂ ਹੈ ਬੁਲੰਦ ਖਾਂ, ਇਹ ਇਤਿਹਾਸ ਦੇ ਪੰਨਿਆਂ 'ਤੇ ਅੰਕਿਤ ਕੀਤਾ ਹੋਇਆ, ਗੱਲ ਚੇਤਾ ਰੱਖਿਓ ਜੇ। ਇਹ ਸੰਤਾ ਸਿੰਘ ਤਾਤਲੇ, ਉਹਦੀਆਂ ਲਿਖੀਆਂ ਦੋ ਕਿਤਾਬਾਂ ਨੇ, ਦਸ਼ਮੇਸ਼ ਆਗਮਨ, ਦਸ਼ਮੇਸ਼ ਰਵਾਨਗੀ। ਇਹ ਦਸ਼ਮੇਸ਼ ਰਵਾਨਗੀ 'ਚੋਂ ਹੈ। ਜਾਂ ਨਿਰੰਜਨ ਸਿੰਘ ਸਾਥੀ, ਉਹਦੀ ਲਿਖੀ ਕਿਤਾਬ ਹੈ ਇੱਕ ਬੜੀ ਪਿਆਰੀ, ਚਰਨ ਚਲੋ ਮਾਰੋ ਗੋਬਿੰਦ, ਉਹਦੇ 'ਚ ਵੀ ਜ਼ਿਕਰ ਹੈ। ਇਹ ਮੈਂ ਤਾਂ ਬੇਨਤੀ ਕਰਦਾ ਹੁੰਦਾ, ਕਈ ਵਾਰੀ ਕਿਸੇ ਨੇ ਨਾਂ ਦੇਖਣੇ ਹੋਣ। ਇੱਕ ਦਾ ਨਾਂ ਹੈ ਬੁਲੰਦ ਖਾਂ, ਉਹ ਅੱਗੇ ਆਇਆ। ਅੱਗੇ ਆ ਕੇ ਉਹਨੇ ਸ਼ੇਰ ਨਾਲ ਝਪਟਣਾ ਸ਼ੁਰੂ ਕੀਤਾ, ਪਰ ਸ਼ੇਰ ਨੇ ਬਹੁਤਾ ਸਮਾਂ ਨਾ ਲਾਇਆ,
ਬੁਲੰਦ ਖਾਂ ਦੀ ਜ਼ਿੰਦਗੀ ਨੂੰ ਮੌਤ ਵਿੱਚ ਬਦਲ ਦਿੱਤਾ। ਹੁਣ ਬਾਕੀਆਂ ਦੇ ਮਨਾਂ ਵਿੱਚ ਵੀ ਉਹ ਦਹਿਸ਼ਤ ਫੈਲ ਗਈ, ਕਿਉਂਕਿ ਸ਼ੇਰ ਦਾ ਨਾਂ ਹੀ ਇਹੋ ਜਿਹਾ। ਪਰ ਬਹਾਦਰ ਸ਼ਾਹ ਦੇ ਇਸ਼ਾਰਾ ਕਰਨ ਦੇ ਉੱਤੇ ਬੜੇ ਵੱਡੇ ਮਾਨ ਜਿਹੜਾ ਬੜਾ ਵੱਡਾ ਯੋਧਾ ਸੀ, ਬਹਾਦਰ ਸੀ, ਇਹਦਾ ਨਾਂ ਸੀ ਵਜ਼ੀਰ ਖਾਂ। ਇਹ ਸਰਹੰਦ ਵਾਲਾ ਨਹੀਂ ਹੈ, ਇਹ ਬਹਾਦਰ ਸ਼ਾਹ ਦੀ ਸੈਨਾ ਦਾ ਇੱਕ ਬਹੁਤ ਵੱਡਾ ਯੋਧਾ ਹੈ। ਉਸ ਵਜ਼ੀਰ ਖਾਂ ਵੱਲ ਇਸ਼ਾਰਾ ਕੀਤਾ। ਹੁਣ ਬਹਾਦਰ ਸ਼ਾਹ ਦਾ ਇਸ਼ਾਰਾ ਹੋ ਗਿਆ ਸੀ, ਹੁਣ ਜੇ ਪਿੱਛੇ ਮੁੜਦਾ ਤਾਂ ਵੀ ਔਖਾ ਹੈ। ਉਹ ਵਜ਼ੀਰ ਖਾਂ ਵੀ ਅੱਗੇ ਗਿਆ ਅਤੇ ਸ਼ੇਰ ਖਾਂ ਤਾਂ ਪਹਿਲੇ ਖੂੰਖਾਰ ਹੋਇਆ ਹੋਇਆ ਸੀ, ਜੋਸ਼ ਵਿੱਚ ਸੀ। ਜਿਉਂ ਵਜ਼ੀਰ ਖਾਂ ਅੱਗੇ ਗਿਆ ਉਹਨੂੰ ਵਾਰ ਕਰਨ ਦਾ ਵਕਤ ਵੀ ਨਾ ਦਿੱਤਾ ਅਤੇ ਸ਼ੇਰ ਨੇ ਉਹਦੀ ਜ਼ਿੰਦਗੀ ਦਾ ਵੀ ਅੰਤ ਕਰ ਦਿੱਤਾ। ਹੁਣ ਗੁਰਦੇਵ ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਸਿੱਖਾਂ ਵਾਲੇ ਪਾਸੇ ਤੋਂ, ਅਤੇ ਸਿੱਖਾਂ ਵਾਲੇ ਪਾਸੇ ਤੋਂ ਭਾਈ ਰੋਸ਼ਨ ਸਿੰਘ ਗਿਆ। ਭਾਈ ਰੋਸ਼ਨ ਸਿੰਘ ਨੇ ਗੁਰੂ ਜੀ ਨੂੰ ਵੀ ਸ਼ਿਕਾਰ ਕਰਦੇ ਦੇਖਿਆ ਹੋਇਆ ਸੀ ਅਤੇ ਪਤਾ ਸੀ ਨਾਲੇ ਜੰਗਲਾਂ ਨਾਲ ਵਾਸਤਾ ਹੈ। ਜਦੋਂ ਰੋਸ਼ਨ ਸਿੰਘ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਉਪਰਾਲਾ ਕੀਤਾ, ਅਤੇ ਇੱਕ ਨਵੇਕਲਾ ਢੰਗ ਸੀ ਇਹਨੇ ਆਪਣੇ ਆਪ ਨੂੰ ਨੀਵਾਂ ਕਰਕੇ ਸ਼ੇਰ ਨੂੰ ਵਾਰ ਕਰਨ ਦਿੱਤਾ ਪਹਿਲਾਂ। ਜਦੋਂ ਸ਼ੇਰ ਨੇ ਵਾਰ ਕੀਤਾ, ਇਹ ਯੋਧੇ ਨੇ ਸ਼ੇਰ ਦਾ ਵਾਰ ਆਪਣੀ ਢਾਲ 'ਤੇ ਰੋਕ ਲਿਆ, ਆਪ ਨਹੀਂ ਵਾਰ ਕੀਤਾ, ਸ਼ੇਰ ਦੇ ਵਾਰ ਨੂੰ ਰੋਕ ਲਿਆ। ਉਹਦੇ ਜਿਹੜੇ ਪੰਜਿਆਂ ਦੇ ਉਹਦੇ ਜਿਹੜੇ ਪੰਜੇ ਮਾਰ ਕੇ ਉਹ ਕਾਬੂ ਕਰਦਾ ਅਤੇ ਮੁੜ ਆਪਣਾ ਮੂੰਹ ਉਹਦੀ ਗਰਦਨ 'ਤੇ ਪਾ ਕੇ ਅਤੇ ਉਹਦਾ ਅੰਤ ਕਰ ਦਿੰਦਾ। ਉਹਨੇ ਉਹ ਸਾਰਾ ਕੁਛ ਢਾਲ ਦੇ ਉੱਤੇ ਰੋਕ ਲਿਆ, ਸ਼ੇਰ ਦੇ ਪੰਜਿਆਂ ਨੂੰ ਵੀ, ਸ਼ੇਰ ਦੇ ਮੂੰਹ ਨੂੰ ਵੀ। ਜਦੋਂ ਢਾਲ 'ਤੇ ਰੋਕਿਆ ਅਤੇ ਆਪਣੀ ਕਮਰ ਕੱਸੇ ਨਾਲ ਬੰਨ੍ਹੀ ਹੋਈ ਕਟਾਰ ਕੱਢੀ ਅਤੇ ਸ਼ੇਰ ਦੇ ਪੇਟ ਵਿੱਚ ਮਾਰ ਕੇ ਉਹਨੂੰ ਸਾਰੇ ਦਾ ਸਾਰਾ ਪਾੜ ਕੇ ਪੇਟ ਲਹੂ ਲੁਹਾਣ ਕਰਕੇ ਢਾਲ ਪਛਾਂ ਖਿੱਚ ਮਾਰ ਕੇ ਅਤੇ ਉਹ ਸ਼ੇਰ ਸੁੱਟ ਦਿੱਤਾ। ਜਿਸ ਸ਼ੇਰ ਨੇ ਬੁਲੰਦ ਖਾਂ ਨੂੰ ਤੜਫਾਇਆ ਸੀ, ਜਿਸ ਸ਼ੇਰ ਨੇ ਵਜ਼ੀਰ ਖਾਂ ਨੂੰ ਤੜਫਾਇਆ ਸੀ, ਰੋਸ਼ਨ ਸਿੰਘ ਨੇ ਉਸ ਸ਼ੇਰ ਨੂੰ ਤੜਫਾ ਦਿੱਤਾ। ਸਿੰਘਾਂ ਨੇ ਉਸ ਜੰਗਲ ਵਿੱਚ ਵੀ ਉੱਚੀ ਸਾਰੀ ਜੈਕਾਰੇ ਛੱਡ ਕੇ, ਜਿੱਥੇ ਗੁਰੂ ਘਰ ਦਾ ਮਹਾਨ ਪੱਖ ਪ੍ਰਗਟ ਕੀਤਾ ਵੀ ਸਾਡੀ ਇਹ ਬਹਾਦਰੀ ਹੈ, ਉੱਥੇ ਸਭਨਾਂ ਦੇ ਚਿਹਰਿਆਂ 'ਤੇ ਆਈਆਂ ਹੋਈਆਂ ਰੌਣਕਾਂ ਅਤੇ ਗੁਰੂ ਦੀਆਂ ਨਜ਼ਰਾਂ ਵਿੱਚੋਂ ਵਰਸਦੀਆਂ ਹੋਈਆਂ ਰਹਿਮਤਾਂ ਨੇ ਇੱਕ ਵੱਖਰੀ ਕਿਸਮ ਦਾ ਮਾਹੌਲ ਸਿਰਜ ਦਿੱਤਾ ਸੀ। ਉਦੋਂ ਪਤਾ ਲੱਗਿਆ, ਸਤਿਗੁਰੂ ਮੈਨੂੰ ਅੱਜ ਪਤਾ ਲੱਗਿਆ ਲੋਕ ਤੁਹਾਡੀ ਤਾਰੀਫ ਕਿਉਂ ਕਰਦੇ ਨੇ। ਇਹ ਉਹ ਖੁਸ਼ਾਮਦ ਕਰਨ ਵਾਲੀ ਤਾਰੀਫ ਨਹੀਂ ਹੈ, ਅਸਲ ਵਿੱਚ ਇਹ ਤੁਹਾਡੇ ਗੁਣਾਂ ਵਾਲੀ ਤਾਰੀਫ ਹੈ, ਜਿਹੜੀ ਅਸਲ ਵਿੱਚ ਤੁਹਾਡੇ ਗੁਣਾਂ ਦੀ ਤਰਜਮਾਨੀ ਕਰਦੀ ਹੈ। ਜਿਹੜੇ ਜਿਹੜੇ ਸਿੱਖਾਂ ਦੇ ਬੋਲਾਂ ਵਿੱਚੋਂ ਤੁਹਾਡੀ ਤਾਰੀਫ ਸੁਣਦਾ ਮੈਂ, ਉਹੇ ਉਹੇ ਜੇ ਗੁਣ ਮੈਂ ਤੁਹਾਡੇ 'ਚ ਦਰਸ਼ਨ ਵੀ ਕਰ ਰਿਹਾ, ਮੈਨੂੰ ਪਤਾ ਵੀ ਲੱਗਦਾ। ਤੋ ਬਹਾਦਰ ਸ਼ਾਹ ਐਡਾ ਵੱਡੀ ਖੁਸ਼ੀ ਉਹਨੇ ਇਜ਼ਹਾਰ ਕੀਤੀ, ਐਡਾ ਖੁਸ਼ ਹੋਇਆ ਅਤੇ ਆਪਣੇ ਵੱਲੋਂ ਇੱਕ ਕੈਂਠਾ ਲਾ ਕੇ ਰੋਸ਼ਨ ਸਿੰਘ ਨੂੰ ਦੇਣ ਲੱਗਾ। ਪੁੱਛਿਆ, ਮੰਗ ਕੀ ਮੰਗਣਾ ਹੈ, ਕੀ ਇਨਾਮ ਚਾਹੀਦਾ ਤੈਨੂੰ? ਰੋਸ਼ਨ ਸਿੰਘ ਨੇ ਬੜੇ ਅਦਮ ਨਾਲ ਜਿਹੜੇ ਉਦੋਂ ਵਿਚਾਰ ਪ੍ਰਗਟ ਕੀਤੇ ਨਾ, ਉਹਨੂੰ ਸਾਡੇ ਗ੍ਰੰਥਾਂ ਨੇ ਬੋਲ ਦਿੱਤੇ ਨੇ, ਬੜੇ ਪਿਆਰੇ ਬੋਲ। ਲੇਨ ਅਵਰਤੇ
ਰੱਖੀ ਨਾ ਆਸਾ, ਲੋਕ ਪਰਲੋਕ ਤਿੰਨਹੂ ਪਰਵਾਸਾ। ਕਹਿਣ ਲੱਗੇ ਕਿਸੇ ਕੋਲੋਂ ਲੈਣ ਦੀ, ਕਿਸੇ ਅੱਗੇ ਝੋਲੀ ਅੱਡਣ ਦੀ, ਕਿਸੇ ਅੱਗੇ ਹੱਥ ਅੱਡਣ ਦੀ ਸਤਿਗੁਰੂ ਨੇ ਕਦੇ ਕਮੀ ਨਹੀਂ ਛੱਡੀ। ਇਹ ਤਾਂ ਤੁਸੀਂ ਇੱਕ ਦਿਨ ਦੀ ਗੱਲ ਕਰਦੇ ਹੋ, ਸਾਡੀ ਤਾਂ ਲੋਕ ਪਰਲੋਕ ਟੇਕ ਕੇਵਲ ਗੁਰੂ ਹੈ। ਕੀ ਦੇ ਦਿਓਗੇ? ਪਰ ਜਦੋਂ ਆਹ ਪਾਤਸ਼ਾਹ ਖੁਸ਼ ਹੁੰਦਾ ਹੈ ਨਾ, ਇਹਦੇ ਘਰ ਵਿੱਚ ਵੀ ਸਭ ਕੁਝ ਹੈ ਅਤੇ ਸੇਵਕ ਨੂੰ ਦਿੰਦਾ ਵੀ ਸਭ ਕੁਝ ਹੈ। ਰੋਜ਼ ਸਿੱਖ ਪੜ੍ਹਦਾ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹਿੱਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਅਤੇ ਜਦੋਂ ਮਾਲਕ ਖੁਸ਼ ਹੁੰਦਾ ਨਾ, ਉਦੋਂ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ, ਕੋਈ ਕਮੀ ਨਹੀਂ ਰਹਿ ਜਾਂਦੀ ਸਿੱਖ ਦੇ ਜੀਵਨ ਵਿੱਚ ਜਿਸ ਦਿਨ ਗੁਰੂ ਦੀਆਂ ਰਹਿਮਤਾਂ ਵਰਸ ਜਾਂਦੀਆਂ ਨੇ। ਮੈਂ ਇੱਥੇ ਰੁਕ ਕੇ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਹੱਥ ਜੁੜ ਕੇ। ਇਹ ਇੱਕ ਬਹੁਤ ਜ਼ਿਆਦਾ ਵੱਡਾ, ਬਹੁਤ ਗੰਭੀਰ ਗੁਰੂ ਦਾ ਉਪਦੇਸ਼ ਹੈ। ਜਿੱਥੇ ਗੁਰੂ ਦੇ ਬੋਲ ਵੱਸ ਜਾਣਾ, ਉੱਥੇ ਮਨੁੱਖ ਦੇ ਜੀਵਨ ਵਿੱਚੋਂ ਮਾਇਆ ਦੀ ਗੁਲਾਮੀ ਖਤਮ ਹੋ ਜਾਂਦੀ ਹੈ। ਤੁਸੀਂ ਵਿਚਾਰੋ, ਇਸੇ ਆਗਰੇ ਦੀ ਧਰਤੀ 'ਤੇ ਇੱਕ ਪਾਸੇ ਬਹਾਦਰ ਸ਼ਾਹ ਦਾ ਦਰਬਾਰ ਹੈ, ਦੂਜੇ ਪਾਸੇ ਗੁਰੂ ਦਾ ਦਰਬਾਰ ਹੈ। ਹੁਣ ਜਿਹੜੇ ਲੋਕ ਮਾਇਆ ਦੇ ਪੁਜਾਰੀ ਨੇ, ਉਹ ਤਾਂ ਫਿਰ ਬਹਾਦਰ ਸ਼ਾਹ ਦੇ ਕੋਲ ਜਾਣਗੇ, ਜਿਹੜਾ ਕੁਦਰਤੀ ਗੱਲ ਹੈ। ਤੇਰੇ ਕੋਲ ਸਿੱਖ ਗੁਰੂ ਦੇ ਕੋਲ ਆਉਣਾ, ਇਹ ਕਿੱਡੀ ਵੱਡੀ ਗੱਲ ਹੈ, ਇਹ ਛੋਟੀ ਗੱਲ ਨਹੀਂ ਹੈ। ਨਹੀਂ ਤਾਂ ਬੰਦਾ ਸੋਚਦਾ ਮੈਂ ਬਹਾਦਰ ਸ਼ਾਹ ਦੇ ਦਰਬਾਰ 'ਚ ਜਾਵਾਂ, ਉਹਨੂੰ ਖੁਸ਼ ਕਰਾਂ। ਅਤੇ ਪਰ ਸਿੱਖ ਨੇ ਨਾ, ਜਿਹੜੇ ਗੁਰੂ ਦਰਬਾਰ 'ਚ ਆ ਰਹੇ ਨੇ, ਇੱਕ ਬਹੁਤ ਵੱਡੀ ਮਾਨਸਿਕ ਅਵਸਥਾ ਦੀ ਵਿਆਖਿਆ ਹੈ। ਸਿੱਖ ਨੇ ਮਾਇਆ ਦੀ, ਮਾਇਆ ਵਿੱਚ ਰਹਿ ਕੇ ਮਾਇਆ ਦੀ ਗੁਲਾਮੀ ਤੋਂ ਮੁਕਤ ਹੈ। ਇਹ ਗੱਲ ਬਹੁਤ ਖਾਸ ਯਾਦ ਰੱਖਣ ਯੋਗ ਬਾਤ ਹੈ। ਫਿਰ ਦੂਜੀ ਗੱਲ, ਜੇ ਬਾਦਸ਼ਾਹ ਦੇਣ ਲੱਗਾ ਹੋਵੇ, ਕੋਈ ਦਾਤ ਦੇਣ ਲੱਗਾ ਹੋਵੇ, ਤੇ ਉਦੋਂ ਉਹਨੂੰ ਮਨਾ ਕਰਨਾ ਅਤੇ ਗੁਰੂ 'ਤੇ ਭਰੋਸਾ ਕਰਨਾ, ਵਾਹ ਹੋਏ ਦਾਤੇ ਆ, ਐਸੇ ਐਸੇ ਸਿੱਖ ਤੋਂ ਪੈਦਾ ਕੀਤੇ। ਵਾਕਈ ਪਿਆਰ ਵਾਲਿਓ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਨਾ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਸੰਤੋਖ ਬੰਦੇ ਨੂੰ ਰਜਾ ਦਿੰਦਾ ਹੈ। ਜਿਹਦੇ ਕੋਲ ਸੰਤੋਖ ਨਹੀਂ ਨਾ, ਉਹਦੇ ਕੋਲ ਦਾਤਾਂ ਤਾਂ ਭਾਵੇਂ ਬਹੁਤ ਹੋਣ, ਪਰ ਚੇਤਾ ਰੱਖੇ ਉਹਦੇ ਕੋਲ ਰੱਜ ਨਹੀਂ ਹੁੰਦਾ। ਬਿਨਾਂ ਸੰਤੋਖ ਨਹੀਂ ਕੋ ਰੱਜ। ਇਹ ਰੋਸ਼ਨ ਸਿੰਘ ਦੇ ਦੋ ਪੱਖ ਜਿਹੜੇ ਨੇ ਨਾ ਜੀਵਨ ਦੇ, ਉਹ ਬਹੁਤ ਨਵੇਕਲੇ ਨੇ, ਬਹੁਤ ਨਵੇਕਲੇ ਨੇ। ਨੰਬਰ ਇੱਕ, ਗੁਰੂ ਦੇ ਇਸ਼ਾਰੇ 'ਤੇ ਦਿਖਾਈ ਹੋਈ ਬਹਾਦਰੀ। ਬਹੁਤ ਕ੍ਰੋਧ ਵਿੱਚ ਖੂੰਖਾਰ ਹੋਇਆ ਹੋਇਆ ਉਹ ਸ਼ੇਰ ਮਾਰਨਾ,
ਲਹੂ ਨਾਲ ਭਿੱਜੇ ਹੋਏ ਕੱਪੜਿਆਂ ਦੇ ਨਾਲ ਬਹਾਦਰ ਸ਼ਾਹ ਵੱਲੋਂ ਇਨਾਮ ਦੇਣਾ, ਪਰ ਆਪਣੇ ਗੁਰੂ 'ਤੇ ਭਰੋਸਾ ਰੱਖਣਾ। ਧਰਜੀ ਹਰ ਇੱਕ ਟੇਕ ਤੋਂ ਲਾਹੇ ਬਿਨਾ ਨਹੀਂ ਆਸ, ਨਾਨਕ ਨਾਮ ਧਿਆਏ ਹੈ ਕਰ ਜਿਆ ਵਿਰਾਸ। ਗੁਰਾ ਇੱਕ ਦੇਹੇ ਬੁਝਾਈ, ਸਭ ਨਾ ਜੀਆਂ ਕਰ ਇੱਕ ਦਾਤਾ, ਸੋ ਮੈਂ ਵਿਸਰਨਾ ਚਾਹੀ। ਬਹੁਤ ਵੱਡੀ ਵਿਆਖਿਆ ਇਹ, ਜੇ ਕਿਤੇ ਸਿੱਖ ਸਮਝ ਲਵੇ। ਸਤਿਗੁਰ ਸੱਚੇ ਪਾਤਸ਼ਾਹ ਨੇ ਮਿਹਰਾਂ ਦੇ ਨਾਲ ਨਿਹਾਲੋ ਨਿਹਾਲ ਕਰ ਦਿੱਤਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਰਹਿਮਤਾਂ ਦੇ ਨਾਲ ਨਿਵਾਜ ਦਿੱਤਾ ਰੋਸ਼ਨ ਸਿੰਘ ਨੂੰ। ਇਵੇਂ ਉਹ ਦਿਨ ਸ਼ਿਕਾਰ ਦੇ ਵਿੱਚ ਲੰਘਿਆ ਅਤੇ ਵਾਪਸ ਪਰਤ ਆਏ ਨੇ ਸਤਿਗੁਰੂ ਜੀ ਆਗਰੇ ਦੀ ਧਰਤੀ 'ਤੇ, ਆਪੋ ਆਪਣੇ ਨਿਵਾਸ ਅਸਥਾਨਾਂ ਦੇ ਉੱਤੇ ਬਰਾਜ ਰਹੇ ਨੇ। ਦੋ ਘਟਨਾਵਾਂ ਦਾ ਜ਼ਿਕਰ ਮੈਂ ਹਾਲੇ ਹੋਰ ਕਰਨਾ ਚਾਹੁੰਦਾ, ਉਹਨੂੰ ਵੀ ਤਵੱਜੋ ਦੇ ਕੇ ਸੁਣਿਓ। ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਆਂ ਰਹਿਮਤਾਂ ਬਖਸ਼ਿਸ਼ਾਂ, ਇਹਨਾਂ ਦੀਆਂ ਗੱਲਾਂ ਚਾਰੇ ਪਾਸੇ ਫੈਲ ਜਾਂਦੀਆਂ ਸਨ। ਕੁਦਰਤੀ ਗੱਲ ਹੈ, ਇਵੇਂ ਕਹਿ ਸਕਦੇ ਹਾਂ, ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾਂ ਬਣਿਆਈ, ਪ੍ਰਗਟ ਪਈ ਸਗਲੇ ਯੁਗੇ ਅੰਤਰ ਗੁਰੂ ਨਾਨਕ ਕੀ ਵਡਿਆਈ। ਗੁਰੂ ਸਾਹਿਬ ਦੀਆਂ ਵਡਿਆਈਆਂ ਚਾਰੇ ਪਾਸੇ ਖਿਲਰੀਆਂ, ਖੁਸ਼ਬੋ ਖਿਲਰੀ, ਅਤੇ ਕਈ ਤਰ੍ਹਾਂ ਦੇ ਸੇਵਕ ਫਿਰ ਗੁਰੂ ਚਰਨਾਂ ਵਿੱਚ ਉਸ ਭਰੋਸੇ ਨਾਲ ਆਉਂਦੇ ਨੇ। ਇਵੇਂ ਬਹਾਦਰ ਸ਼ਾਹ ਦੇ ਦਰਬਾਰ ਦਾ ਇੱਕ ਬਹੁਤ ਵਜ਼ੀਰੇ ਆਜ਼ਮ ਮੁਨਾਇਮ ਖਾਨ, ਉਹਦਾ ਲਾਸਟ ਨੇਮ ਵੀ ਖਾਨ ਖਾਨਾ ਹੈ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਇਹਨਾਂ ਦੇ ਨਾਂ ਥੋੜ੍ਹੇ ਜਿਹੇ ਔਖੇ ਹੁੰਦੇ ਨੇ। ਵਜ਼ੀਰੇ ਆਜ਼ਮ ਮੁਨਾਇਮ ਖਾਨ ਖਾਨ ਖਾਨਾ ਇਹਦਾ ਪੂਰਾ ਨਾਂ ਸੀ। ਇਹਨੇ ਗੁਰੂ ਚਰਨਾਂ ਵਿੱਚ ਜਾ ਕੇ ਇੱਕ ਬੇਨਤੀ ਕੀਤੀ ਹੱਥ ਜੋੜ ਕੇ, ਪਾਤਸ਼ਾਹ ਕਿਰਪਾ ਕਰੋ, ਮੈਂ ਤੁਹਾਡੇ ਦਰਬਾਰ 'ਚ ਕਿੰਨੇ ਹੀ ਦਿਨ ਹੋ ਕੇ ਦਰਸ਼ਨ ਕਰਦੇ ਹਾਂ, ਪਰ ਪਤਾ ਨਹੀਂ ਮੇਰੇ ਮਨ 'ਚ ਕਿਉਂ ਲਾਲਸਾ ਉੱਠੀ, ਮੇਰਾ ਜੀ ਕਰਦਾ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਕਿਤੇ ਸਾਡੇ ਘਰ ਮੁਬਾਰਕ ਆਪਣੇ ਚਰਨ ਪਾ ਦਿਓ। ਗਰੀਬ ਦੀ ਕੁੱਲੀ ਤੁਹਾਡੇ ਚਰਨਾਂ ਦੀ ਛੋਹ ਨਾਲ ਨਿਵਾਜੀ ਜਾਏਗੀ। ਸਤਿਗੁਰੂ ਕਹਿਣ ਲੱਗੇ, ਮੁਨਾਇਮ ਖਾਨ ਜੀ, ਇਹ ਕੋਈ ਵੱਡੀ ਗੱਲ ਨਹੀਂ, ਪਿਆਰ ਨਾਲ ਸੱਦਾ ਕੋਈ ਦੇਵੇ, ਅਸੀਂ ਜਾਂਦੇ ਹਾਂ, ਆਵਾਂਗੇ। ਦਿਨ ਨਿਸ਼ਚਿਤ ਹੋ ਗਿਆ। ਹੁਣ ਇਸ ਵਜ਼ੀਰ ਸੀ ਬਹੁਤ ਵੱਡਾ, ਇਹਨੇ ਸੱਦੇ ਵੀ ਦਿੱਤੇ ਲੋਕਾਂ ਨੂੰ ਵੀ ਗੁਰੂ ਚਰਨਾਂ ਵਿੱਚ ਉਸ ਦਿਨ ਸੰਗਤ ਜੁੜੇ ਅਤੇ ਸਤਿਗੁਰੂ ਕੋਲੋਂ ਲਾਹਾ ਲੈਣ। ਬੇਨਤੀ ਕੀਤੀ ਵੀ ਪਾਤਸ਼ਾਹ ਨੇ ਗ੍ਰਹਿ ਵਿਖੇ ਦਰਸ਼ਨ ਦੇਣੇ ਨੇ ਅਤੇ ਤੁਸੀਂ ਆਇਓ, ਲੰਗਰ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਦੇ ਘਰ ਗਏ, ਘਰ ਵੱਡੇ ਹੁੰਦੇ ਸਨ ਅਤੇ ਖੁੱਲ੍ਹੇ ਬਾਹਰ ਵਿਹੜੇ ਵਿੱਚ ਦੀਵਾਨ ਵੀ ਲੱਗਾ। ਸਿੱਖ ਸੰਗਤਾਂ ਨੇ ਆ ਕੇ, ਮੁਨਾਇਮ ਖਾਨ ਨੇ ਬੜਾ ਵਧੀਆ ਪ੍ਰਬੰਧ ਕੀਤਾ ਸੀ ਗੁਰੂ ਜੀ ਦੇ ਬਰਾਜਣ ਵਾਸਤੇ, ਅਤੇ ਕੁਝ ਇੱਕ ਸਿੱਖ ਸੰਗਤਾਂ ਇਵੇਂ ਆਪਣੇ ਆਪਣੇ ਮਨ ਦੀ ਜਿਗਿਆਸਾ
ਉਹ ਪ੍ਰਗਟ ਕਰਦੀਆਂ ਨੇ। ਇਹਦੇ ਘਰ ਬੈਠਿਆਂ ਹੋਇਆਂ ਕਾਜ਼ੀ ਅਤੇ ਮੌਲਵੀ ਵੀ ਬਹੁਤ ਗਿਣਤੀ ਵਿੱਚ ਆਏ ਹੋਏ ਨੇ। ਕੁਝ ਇੱਕ ਤਪੱਸਵੀ ਲੋਕ ਹੁੰਦੇ ਨੇ ਜਿਹੜੇ ਸੋਚਦੇ ਨੇ ਬਈ ਉਹ ਕਿਸੇ ਦੀ ਵਡਿਆਈ ਨੂੰ ਦੇਖ ਕੇ ਜਰ ਨਹੀਂ ਸਕਦੇ, ਅਤੇ ਉਹਨਾਂ ਦੇ ਮਨਾਂ ਵਿੱਚ ਕਿਤੇ ਨਾ ਕਿਤੇ ਤਕਲੀਫ ਜਿਹੀ ਹੈ, ਕਿਉਂਕਿ ਇਹ ਰੋਜ਼ ਦਰਬਾਰ ਵਿੱਚ ਆਉਣ ਵਾਲੇ ਨਹੀਂ, ਇਹ ਅੱਜ ਮੁਨਾਇਮ ਖਾਨ ਦੇ ਸੱਦੇ 'ਤੇ ਆਏ ਹੋਏ ਨੇ। ਅਤੇ ਉਹ ਗੁਰੂ ਚਰਨਾਂ ਵਿੱਚ ਬੈਠੇ ਬੈਠੇ ਉਹਨਾਂ ਵਿੱਚੋਂ ਇੱਕ ਮੌਲਵੀ ਨੇ ਸਵਾਲ ਕੀਤਾ, ਬਈ ਪਾਤਸ਼ਾਹ ਤੁਹਾਡੀ ਬੜੀ ਮਹਿਮਾ ਸੁਣੀ ਹੈ, ਕੁਦਰਤੀ ਹੈ ਜਿਹੜੇ ਸਰਕਾਰ ਨਾਲ ਟੱਕਰਾਂ ਵਾਰ ਵਾਰ ਲੈਣੀਆਂ ਅਤੇ ਗੱਲਾਂ ਜਿਹੜੀਆਂ ਉਹ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣਦੀਆਂ ਹੀ ਨੇ, ਅਤੇ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਤੁਹਾਡੀ ਬੜੀ ਇਸ ਗੱਲੋਂ ਵਡਿਆਈ ਸੁਣੀ ਹੈ, ਕਿਰਪਾ ਕਰੋ ਪਾਤਸ਼ਾਹ ਸਾਨੂੰ ਕੋਈ ਇਹੋ ਜਿਹੀ ਕਰਾਮਾਤ ਸੁਣਾਓ। ਇਹ ਜਿਹੜੇ ਹੁਣ ਤੱਕ ਗੱਲਾਂ ਕਰਦੇ ਰਹੇ ਨਾ, ਇਹ ਸਾਰੀਆਂ ਗੱਲਾਂ ਜੰਗਾਂ ਯੁੱਧਾਂ ਨਾਲ ਸੰਬੰਧਿਤ ਨੇ, ਪਰ ਅਸੀਂ ਮੌਲਵੀ ਹੈ, ਕਾਜ਼ੀ ਹੈ, ਧਾਰਮਿਕ ਕੰਮ ਹੈ ਸਾਡਾ ਬਹੁਤਾ, ਅਤੇ ਅਸੀਂ ਧਾਰਮਿਕ ਸਵਾਲ ਕਰਨ ਲੱਗੇ ਤੁਹਾਡੇ ਸਾਹਮਣੇ, ਕੋਈ ਕਰਾਮਾਤ ਐਸੀ ਹੋਵੇ ਮੌਜੂਦਾ ਜਿਹੜੀ ਅਚੰਭਤ ਕਰ ਦੇਵੇ, ਪਤਾ ਲੱਗੇ ਵੀ ਤੁਸੀਂ ਵਾਕਈ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਜਾਮੇ ਵਿੱਚ ਵਿਚਰ ਰਹੇ ਹੋ, ਵਾਕਈ ਪਤਾ ਲੱਗੇ ਵੀ ਸਿੱਖਾਂ ਦੇ ਕੀਤੇ ਹੋਏ ਸਿਜਦੇ ਬੇਕਾਰ ਨਹੀਂ, ਇਹ ਕਾਮਲ ਮੁਰਸ਼ਦ ਨੇ, ਕੋਈ ਇਹੋ ਜਿਹੀ ਕਰਾਮਾਤ ਦਿਖਾਓ। ਮੈਂ ਪਹਿਲੋਂ ਬੇਨਤੀ ਕੀਤੀ ਸੀ ਵੀ ਜਿਹੜਾ ਸਵਾਲ ਹੈ ਨਾ ਉਹ ਮਨੁੱਖ ਦੀ ਅੰਦਰੂਨੀ ਅਵਸਥਾ ਦੀ ਵੀ ਵਿਆਖਿਆ ਕਰ ਜਾਂਦਾ ਵੀ ਉਹ ਕਿੱਥੇ ਖੜ੍ਹਾ। ਹੁਣ ਗੁਰੂ ਜੀ ਨੂੰ ਪਤਾ ਵੀ ਇਹਨਾਂ ਨੂੰ ਸੰਬੰਧ ਤਾਂ ਕੋਈ ਹੈ ਨਹੀਂ ਧਰਮ ਨਾਲ, ਇਹ ਧਰਮ ਦਾ ਪਹਿਰਾਵਾ ਪਾ ਕੇ ਧਾਰਮਿਕ ਬੋਲੀ ਵਿੱਚ ਆਪਣੇ ਅੰਦਰ ਦੀ ਈਰਖਾ ਨੂੰ ਲੁਕਾ ਕੇ ਪ੍ਰਗਟ ਕਰ ਰਹੇ ਨੇ। ਸਤਿਗੁਰੂ ਨੇ ਬੜੇ ਪਿਆਰ ਨਾਲ ਆਖਿਆ, ਕਹਿਣ ਲੱਗੇ ਬਈ ਜਿਹੜੀ ਜ਼ਾਰਾ ਕਰਾਮਾਤ ਹੈ ਨਾ ਉਹ ਦੇਖੋ ਤੁਹਾਡੇ ਸਾਹਮਣੇ ਵਰਤੀ ਹੈ, ਬਹਾਦਰ ਸ਼ਾਹ ਤਖ਼ਤ 'ਤੇ ਬੈਠਾ, ਇੱਕ ਕਰਾਮਾਤ ਹੈ। ਹੁਣ ਉਹਦੇ ਕੋਲ ਏਡੀ ਵੱਡੀ ਤਾਕਤ ਹੈ, ਉਹ ਕਿਸੇ ਨੂੰ ਵੀ ਮੌਤ ਦੇ ਫੰਦੇ ਤੋਂ ਦੋ ਸ਼ਬਦ ਕਹਿ ਕੇ ਬਰੀ ਕਰਵਾ ਸਕਦਾ, ਅਤੇ ਕਿਸੇ ਵੱਡੇ ਤੋਂ ਵੱਡੇ ਨੂੰ ਵੀ ਇਸ਼ਾਰਾ ਕਰ ਦੇਵੇ ਅਤੇ ਉਹਨੂੰ ਗ੍ਰਿਫਤਾਰ ਕਰਵਾ ਸਕਦਾ। ਇੱਕ ਬੜੀ ਵੱਡੀ ਕਰਾਮਾਤ ਹੈ, ਤੁਹਾਡੀਆਂ ਅੱਖਾਂ ਦੇ ਸਾਹਮਣੇ ਜ਼ਾਰਾ ਹੈ, ਜਿਹੜੀ ਇਹ ਤਖ਼ਤ ਦੀ ਤਾਕਤ ਆ ਜਾਂਦੀ ਹੈ ਇਹ ਵੀ ਇੱਕ ਬੜੀ ਵੱਡੀ ਕਰਾਮਾਤ ਹੈ, ਦੇਖੋ ਤੁਹਾਡੇ ਸਾਹਮਣੇ ਵਾਪਰੀ ਹੈ। ਮੌਲਵੀ ਹੁਣ ਇਹਨਾਂ ਗੱਲਾਂ ਨਾਲ ਕਿੱਥੇ ਉਹਦੇ, ਤਾਂ ਜਿਹੜੀ ਸ਼ਰਾਰਤ ਸੀ ਉਹ ਵੱਖਰੀ ਕਿਸਮ ਦੀ ਸੀ, ਉਹ ਕਹਿਣ ਲੱਗਾ ਇਹ ਗੱਲਾਂ ਕਰਾਮਾਤਾਂ ਨਹੀਂ, ਇਹ ਤਾਂ ਰਾਜਨੀਤਿਕ ਤਬਦੀਲੀਆਂ ਨੇ, ਇਹਨਾਂ ਦੀ ਗੱਲ ਛੱਡੋ, ਤੁਸੀਂ ਕੋਈ ਆਪਣੀ ਕਰਾਮਾਤ ਦਿਖਾਓ। ਹਜ਼ੂਰ ਸੱਚੇ ਪਾਤਸ਼ਾਹ ਨੇ ਫਿਰ ਕਿਰਪਾ ਕੀਤੀ, ਆਪਣੇ ਬੋਝੇ 'ਚੋਂ ਇੱਕ ਮੋਹਰ ਕੱਢੀ, ਕਹਿਣ ਲੱਗੇ
ਬਈ ਆਹ ਜਿਹੜੀ ਮਾਇਆ ਨਾ ਇਹ ਵੀ ਇੱਕ ਜ਼ਾਹਰਾ ਕਰਾਮਾਤ ਹੈ, ਇਹ ਤਖ਼ਤ ਵੀ ਪਲਟ ਦਿੰਦੀ ਹੈ, ਇਹ ਕਿਸੇ ਵੀ ਬੰਦੇ ਨੂੰ ਖਰੀਦ ਲੈਂਦੀ ਹੈ, ਆਪਣੀ ਬੋਲੀ ਬੋਲਣ ਲਾ ਦਿੰਦੀ ਹੈ, ਸੱਚ ਨੂੰ ਦਿਸਣਾ ਬੰਦ ਕਰ ਦਿੰਦੀ ਹੈ, ਗਰੀਬ ਲੋਕਾਂ ਦੀ ਹਾਹ ਕੰਨਾਂ ਤੱਕ ਨਹੀਂ ਪਹੁੰਚਣ ਦਿੰਦੀ। ਇਹ ਮਾਇਆ ਬੜਾ ਪ੍ਰਭਾਵ ਪਾ ਲੈਂਦੀ ਹੈ, ਰੱਬੀ ਰਾਹ 'ਤੇ ਤੁਰੇ ਜਾਂਦੇ ਬੰਦੇ ਨੂੰ ਕੁਆਟੜੀ ਦਾ ਪਾਂਧੀ ਬਣਾ ਦਿੰਦੀ ਹੈ, ਪੁੱਠੇ ਰਾਹੇ ਤੋੜ ਦਿੰਦੀ ਹੈ, ਨੇਕ ਬੰਦਿਆਂ ਨੂੰ ਵੱਧ ਇਖਲਾਕ ਬਣਾ ਦਿੰਦੀ ਹੈ। ਗੱਲਾਂ ਤਾਂ ਬੜੇ ਪਿਆਰ ਨਾਲ ਸੁਣੀਆਂ, ਪਰ ਮੌਲਵੀ ਕਹਿਣ ਲੱਗਿਆ ਨਹੀਂ ਨਹੀਂ ਇਹ ਗੱਲਾਂ ਤਾਂ ਸਤਿਗੁਰੂ ਸਭ ਨੂੰ ਪਤਾ ਹੀ ਨੇ, ਮਾਇਆ ਦਾ ਕੀ ਪ੍ਰਭਾਵ ਹੈ। ਸਾਰੇ ਧਾਰਮਿਕ ਦੁਨੀਆਂ ਵਿੱਚ ਇਹ ਗੱਲ ਵੱਖਰੀ ਵੀ, ਕੋਈ ਇਹਨੂੰ ਸ਼ੈਤਾਨ ਕਹਿੰਦਾ, ਕੋਈ ਕੁਛ ਕਹਿੰਦਾ, ਨਾਂ ਵੱਖੋ ਵੱਖਰੇ ਨੇ, ਪਰ ਹੈ ਤਾਂ ਉਸੇ ਇੱਕ ਸ਼ਕਤੀ ਦਾ ਹੀ ਨਾਂ ਹੈ। ਇਹ ਗੱਲਾਂ ਨਹੀਂ, ਕੋਈ ਇਹੋ ਜਿਹੀ ਕਰਾਮਾਤ ਦਿਖਾਓ ਜਿਹੜੀ ਤੁਹਾਡੇ ਕੋਲ ਹੋਵੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਦੋਂ ਦੇਖ ਲਿਆ ਵੀ ਮੌਲਵੀ ਦਾ ਸੁਭਾਅ ਸ਼ਰਾਰਤੀ ਹੈ, ਸਤਿਗੁਰੂ ਜੀ ਨੇ ਫਿਰ ਕਾਤਰੇ ਪਈ ਕਿਰਪਾਨ ਕੱਢ ਕੇ ਲਹਿਰਾਈ, ਕਹਿਣ ਲੱਗੇ ਮੌਲਵੀ ਜੀ ਇੱਕ ਤੀਜੀ ਕਰਾਮਾਤ ਹੈ, ਇਹ ਵੀ ਬਹੁਤ ਤਬਦੀਲੀਆਂ ਕਰ ਦਿੰਦੀ ਹੈ। ਇਹ ਰਾਜ ਤਖ਼ਤ 'ਤੇ ਬੈਠਿਆਂ ਨੂੰ ਮੌਤ ਦੇ ਕੱਫਣਾਂ 'ਚ ਲਪੇਟ ਦਿੰਦੀ ਹੈ, ਇਹ ਮਾਇਆ ਧਾਰੀਆਂ ਨੂੰ ਵੀ ਕੰਬਣ ਲਾ ਦਿੰਦੀ ਹੈ। ਇਹ ਕਿਰਪਾਨ, ਕਿਰਪਾਨ ਬੜੀਆਂ ਤਬਦੀਲੀਆਂ ਕਰਦੀ ਹੈ। ਯਕੀਨ ਕਰਕੇ ਜਾਣਿਓ, ਸਾਡੇ ਘਰ ਵਿੱਚ ਕਿਰਪਾਨ ਦੀ ਐਡੀ ਵੱਡੀ ਕਰਾਮਾਤ ਹੈ, ਅਸੀਂ ਤਾਂ ਕਿਰਪਾਨ ਦੇ ਨਾਲ ਆਪਣੇ ਪਿਆਰਿਆਂ ਨੂੰ ਵੀ ਪਰਖਦੇ ਹਾਂ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਐਸੇ ਕਿਰਪਾਨ ਦੀ ਧਾਰ ਵਿੱਚੋਂ ਪੰਜ ਪਿਆਰੇ ਪਰਖੇ ਸਨ, ਇਹ ਵੀ ਇੱਕ ਬੜੀ ਵੱਡੀ ਕਰਾਮਾਤ ਹੈ। ਹੁਣ ਜਦੋਂ ਕੱਢੀ ਕਿਰਪਾਨ 'ਤੇ ਲਹਿਰਾਈ, ਮੌਲਵੀ ਦੇ ਸਾਹ ਸੂਤੇ ਗਏ। ਉਸ ਤੋਂ ਬਾਅਦ ਉਹਨੂੰ ਪਤਾ ਲੱਗਿਆ ਵੀ ਜਿਹੜੀਆਂ ਸ਼ਰਾਰਤਾਂ ਮੈਂ ਕਰਨਾ ਨਾ ਉਵੇਂ ਗੁਰੂ ਘਰ 'ਚ ਕਬੂਲ ਨਹੀਂ ਹੁੰਦੀਆਂ। ਇਹ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ, ਚਿਤਰਾਈ ਨਾ ਪਾਇਆ ਕਿਨੇ ਤੋਂ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਹਨੇ ਇਹ ਤਾਂ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਟਕੋਲੀ ਪਾਈਆ, ਕੁਰਬਾਨ ਕੀਤਾ ਤਿਸੇ ਬਿੱਟੋ ਜਿਨਮੋਂ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਿਤਰਾਈ ਕਿਨੇ ਨਾ ਪਾਇਆ। ਇੱਕ ਵਾਰੀ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ, ਗੁਰੂ ਚਰਨਾਂ 'ਚ ਪਠਾਣ ਆਇਆ, ਸਵਾਲ ਕੀਤਾ, ਪਾਤਸ਼ਾਹ ਨੇ ਕੈਸੀ ਤਸੱਲੀ ਨਾਲ ਜਵਾਬ ਦਿੱਤੇ। ਪੀਰ ਆਇਆ ਵੀ ਮੱਥਾ ਟੇਕਣਾ ਕਿਉਂ ਜ਼ਰੂਰੀ ਹੈ, ਗੁਰੂ ਜੀ ਨੇ ਕੈਸੇ ਕਮਾਲ ਦੇ ਜਵਾਬ ਦਿੱਤੇ। ਅਤੇ ਮੁਨਾਇਮ ਖਾਨ ਆਪਣੇ ਪਰਿਵਾਰ ਲਈ ਅਸੀਸਾਂ ਲੈਣ ਲੱਗਾ, ਆਪਣੇ ਘਰ ਬੁਲਾਇਆ, ਗੁਰੂ ਜੀ ਕਿੱਡੇ ਪਿਆਰ ਨਾਲ ਆਏ ਨੇ, ਹਾਲਾਂਕਿ ਇਹ ਵੀ ਸੈਨਿਕ ਹੈ, ਇਹ ਵੀ ਬਹੁਤ ਵੱਡਾ ਵਜ਼ੀਰ ਹੈ। ਪਰ ਜਦੋਂ ਮੌਲਵੀ ਨੇ ਸ਼ਰਾਰਤੀ ਗੱਲ ਕੀਤੀ ਨਾ, ਸਤਿਗੁਰੂ ਨੇ ਜਵਾਬ ਵੀ ਉਹਨੂੰ ਉਸੇ ਤਰ੍ਹਾਂ ਦਾ ਦਿੱਤਾ ਹੈ। ਇਹ ਗੁਰੂ ਘਰ ਦੀ ਵਡਿਆਈ ਹੈ। ਗੁਰਦੇਵ ਸੱਚੇ ਪਾਤਸ਼ਾਹ ਨੇ ਜਿੰਨੇ ਵੀ ਹੁਣ ਤੱਕ ਸੇਵਕ ਆਏ ਸਨ ਉਹਨਾਂ ਨੂੰ ਕਿੱਡੇ ਠਰੰਮੇ ਨਾਲ, ਕਿੱਡੇ ਪਿਆਰ ਨਾਲ ਜਵਾਬ ਦਿੱਤੇ ਨੇ, ਪਰ ਇਹਦੀ ਸ਼ਰਾਰਤ ਇਹੋ ਜਿਹੀ ਸੀ, ਇਹਨੇ ਜਵਾਬ ਫਿਰ ਉਸ ਤਰ੍ਹਾਂ ਦਾ ਦਿੱਤਾ ਵੀ ਸਾਡੇ ਘਰਾਂ ਦੇ ਵਿੱਚ, ਗੁਰੂ ਨਾਨਕ ਦੇ ਘਰ ਵਿੱਚ ਇਕੱਲੀਆਂ ਕਰਾਮਾਤਾਂ ਇਹੋ ਜਿਹੇ ਤਮਾਸ਼ੇ ਜੇ ਕਰਕੇ ਧਰਮ ਨਹੀਂ ਸਿਖਾਇਆ ਜਾਂਦਾ। ਸਾਡੇ ਘਰ ਵਿੱਚ ਤਾਂ ਅਸਲੀਅਤ ਦਾ ਪੱਲਾ ਪਕੜਾ ਕੇ ਰੱਬੀ ਰਾਹ 'ਤੇ ਤੋਰਿਆ ਜਾਂਦਾ ਹੈ, ਸੰਗਤ ਵਿੱਚ ਬੈਠ ਉੱਤਮ ਪੰਥ ਦਾ ਪਾਂਧੀ ਬਣਾਇਆ ਜਾਂਦਾ ਹੈ। ਉਹਦੀ ਤਸੱਲੀ ਹੋਈ, ਗੁਰੂ ਚਰਨਾਂ ਵਿੱਚ ਜੁੜ ਕੇ
ਉਹਨੂੰ ਆਪਣੀਆਂ ਕੀਤੀਆਂ ਹੋਈਆਂ ਕਰਨੀਆਂ 'ਤੇ ਸ਼ਰਮਿੰਦਗੀ ਹੋਈ। ਸਤਿਗੁਰੂ ਜੀ ਰਹਿਮਤਾਂ ਵਰਸਾ ਕੇ ਆਪਣੇ ਪਾਵਨ ਅਸਣ 'ਤੇ ਆ ਗਏ। ਹੁਣ ਕਦੇ ਕਦਾਈ ਬਹਾਦਰ ਸ਼ਾਹ ਵੀ ਮਿਲਦਾ ਰਹਿੰਦਾ ਸੀ ਵਿੱਚੋਂ ਵਿੱਚੋਂ। ਜਦ ਕਿਤੇ ਬਹਾਦਰ ਸ਼ਾਹ ਨੇ ਤੁਰਨਾ ਫਿਰਨਾ ਜਮਨਾ ਦੇ ਕਿਨਾਰੇ, ਉਦੋਂ ਵੀ ਬਹੁਤ ਵਾਰੀ ਗੁਰੂ ਜੀ ਦੇ ਨਾਲ, ਅਤੇ ਕਦੇ ਕਦਾਈ ਐਸਾ ਵਕਤ ਬਣਨਾ ਵੀ ਦੋਨਾਂ ਨੇ ਦਾਹਰ ਬਾਗ ਇੱਕ ਆਗਰੇ ਦੇ ਵਿੱਚ ਅਸਥਾਨ ਦਾਣਾ ਹੈ, ਇਹ ਬਾਗ ਹੈ। ਇਹ ਗੱਲ ਚੇਤਾ ਰੱਖਿਓ, ਜਿੰਨੇ ਵੀ ਮੁਗਲ ਨੇ ਨਾ ਇਹ ਅਰਬ ਤੋਂ ਆਏ ਸਨ। ਮੈਂ ਬਹੁਤ ਵਾਰੀ ਤੁਹਾਡੇ ਨਾਲ ਬੇਨਤੀ ਕਰਦਾ ਅਫਗਾਨਿਸਤਾਨ ਵਾਲੇ ਪਾਸੇ ਤੋਂ, ਉੱਧਰ ਬਹੁਤਾ ਰੇਗਿਸਤਾਨ ਹੈ ਅਤੇ ਉੱਧਰ ਹਰਿਆਵਲ ਨਹੀਂ ਹੁੰਦੀ, ਪਾਣੀ ਦੀ ਘਾਟ ਹੈ। ਇਹ ਮੈਂ ਹਮੇਸ਼ਾ ਬੇਨਤੀ ਕਰਦਾ ਰਹਿੰਦਾ ਆਪ ਜੀ ਨਾਲ ਵੀ ਜਦੋਂ ਜਦੋਂ ਵੀ ਮੁਗਲਾਂ ਨੇ ਇੱਧਰ ਆਏ ਅਤੇ ਉਹਨਾਂ ਨੇ ਬਾਗ ਬਹੁਤ ਵਧੀਆ ਵਧੀਆ ਲਾਏ, ਬਗੀਚੇ ਗਾਰਡਨ ਬਹੁਤ ਵਧੀਆ ਵਧੀਆ ਬਣਾਏ ਅਤੇ ਉਹਨਾਂ ਵਿੱਚ ਫੁਆਰੇ ਉਹਨਾਂ ਦਾ ਪ੍ਰਬੰਧ ਕੀਤਾ, ਫਾਉਂਟੇਨ। ਇਹ ਤੁਸੀਂ ਬਹੁਤੇ ਬਾਗ ਜਿਹੜੇ ਮੁਗਲਾਂ ਦੇ ਬਣੇ ਦੇਖੋਗੇ। ਖੈਰ ਇਸ ਤਰ੍ਹਾਂ ਇੱਥੇ ਆਗਰੇ ਦੀ ਧਰਤੀ ਦੇ ਉੱਤੇ ਵੀ ਦਾਹਰ ਬਾਗ ਇੱਕ ਬੜਾ ਮਸ਼ਹੂਰ ਹੈ। ਕਦੇ ਕਦਾਈ ਦੋਵੇਂ ਜਣੇ ਇਸ ਬਾਗ ਵਿੱਚ ਆ ਜਾਂਦੇ ਨੇ ਅਤੇ ਵਿਚਾਰਾਂ ਦੀ ਸਾਂਝ ਹੁੰਦੀ ਹੈ। ਹੁਣ ਇੱਥੇ ਵੀ ਕੁਦਰਤੀ ਗੱਲ ਹੈ, ਗੁਰੂ ਜੀ ਵੀ ਨਾਲ ਸਿੱਖਾਂ ਦਾ ਲੋਹ ਲਸ਼ਕਰ ਹੁੰਦਾ ਹੈ ਅਤੇ ਬਹਾਦਰ ਸ਼ਾਹ ਦੇ ਨਾਲ ਵੀ ਲੋਹ ਲਸ਼ਕਰ ਹੁੰਦਾ ਹੈ। ਉਹ ਵਿਚਾਰਾਂ ਕਰਦੇ ਨੇ, ਸੁਣਦੇ ਨੇ, ਕੋਈ ਲੋੜ ਹੁੰਦੀ ਤਾਂ ਹਾਜ਼ਰ ਹੁੰਦੇ ਨੇ। ਹੁਣ ਇਹਦੇ ਦਰਮਿਆਨ ਇੱਕ ਜਗ੍ਹਾ 'ਤੇ ਬੈਠ ਵਿਚਾਰਾਂ ਦੀ ਸਾਂਝ ਹੋਣ ਲੱਗ ਪਈ ਦਾਹਰ ਬਾਗ ਵਿੱਚ। ਇਹ ਸਾਂਝਾ ਦਰਬਾਰੀ ਹੈ। ਇੱਥੇ ਬੈਠਿਆਂ ਵਿਚਾਰ ਕਰਦਿਆਂ ਕਰਦਿਆਂ ਅਤੇ ਬਹਾਦਰ ਸ਼ਾਹ ਨੇ ਗੱਲ ਕੀਤੀ ਵੀ ਸਤਿਗੁਰੂ ਮੈਂ ਬੜੀ ਤੁਹਾਡੀ ਤਾਰੀਫ ਸੁਣੀ ਹੈ ਅਤੇ ਜਿਹੜੇ ਜਿਹੜੇ ਤੁਹਾਡੇ ਦਰਬਾਰ 'ਚ ਗਏ ਉਹ ਆ ਕੇ ਮੈਨੂੰ ਵੀ ਦੱਸਦੇ ਰਹੇ, ਬੜੀਆਂ ਧਾਰਮਿਕ ਗੰਭੀਰਤਾ ਵਾਲੀਆਂ ਵਿਚਾਰਾਂ ਹੋਈਆਂ। ਅਤੇ ਮੈਂ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਸਾਡੇ ਘਰ ਵਿੱਚ ਤਾਂ ਇੱਕ ਬੜੀ ਵੱਡੀ ਮਹਾਨਤਾ ਇਸ ਗੱਲ ਦੀ ਗਿਣੀ ਜਾਂਦੀ ਵੀ ਜਿਹੜਾ ਬੰਦਾ ਕਲਮਾ ਪੜ੍ਹਦਾ ਹੈ ਨਾ ਉਹ ਬੈਸਟ ਵਿੱਚ ਜਾਂਦਾ, ਸਵਰਗ 'ਚ ਜਾਂਦਾ। ਅਸਲ 'ਚ ਬੰਦੇ ਨੂੰ ਕਲਮਾ ਪੜ੍ਹਨ ਦਾ ਨੇਮੀ ਹੋਣਾ ਚਾਹੀਦਾ। ਸਤਿਗੁਰੂ ਹੱਸ ਪਏ, ਬਹਾਦਰ ਸ਼ਾਹ ਕਹਿਣ ਲੱਗਾ ਪਾਤਸ਼ਾਹ ਲੱਗਦਾ ਵੀ ਮੇਰੇ ਇਸ ਕੀਤੀ ਕੋਈ ਵਿਚਾਰ ਦੇ ਵਿੱਚੋਂ ਕੁਝ ਅੰਸ਼ ਅਧੂਰੇ ਨੇ, ਤੁਹਾਡਾ ਹਾਸਾ ਮੈਨੂੰ ਦੱਸਦਾ। ਸਾਹਿਬ ਕਹਿਣ ਲੱਗੇ ਹਾਂ ਬਹਾਦਰ ਸ਼ਾਹ ਗੱਲ ਤਾਂ ਠੀਕ ਹੈ, ਇਕੱਲਾ ਕਲਮਾ ਪੜ੍ਹ ਕੇ ਗੱਲ ਨਹੀਂ ਬਣਦੀ, ਇਹੋ ਹੀ ਭੁਲੇਖਾ ਤੁਹਾਡੇ ਬਾਪ ਨੂੰ ਰਿਹਾ ਵੀ ਮੈਂ ਕੁਰਾਨ ਸ਼ਰੀਫ ਲਿਖਦਾ, ਮੈਂ ਪੜ੍ਹਦਾ, ਪਰ ਯਾਦ ਰੱਖੋ ਦੀ ਕਰਨੀ ਕੀ ਸੀ। ਜੇ ਕਲਮਾ ਪੜ੍ਹ ਕੇ ਆਪਣਾ ਕਿਰਦਾਰ ਨਾ ਬਣਾਇਆ, ਜੇ ਕਲਮਾ ਪੜ੍ਹ ਕੇ ਉਹੀ ਜੀ ਕਰਨੀ ਨਾ ਬਣਾਈ ਤਾਂ ਫਿਰ ਕੋਈ ਜਗ੍ਹਾ ਨਹੀਂ ਮਿਲਣੀ, ਮਾਲਕ ਦੇ ਦਰ 'ਤੇ ਅਭੇਦਤਾ ਨਹੀਂ ਮਿਲ ਸਕਦੀ। ਕਲਮਾ ਪੜ੍ਹਨ ਦਾ ਅਰਥ ਹੈ ਗਿਆਨ ਲੈਣਾ, ਕਰਨੀ ਬਣਾਉਣ ਦਾ ਅਰਥ ਹੈ ਉਹ ਜਿਹਾ ਜੀਵਨ ਜਿਉਣਾ। ਜੇ ਮੁਬਾਰਕ ਧਾਰਮਿਕ
ਗ੍ਰੰਥਾਂ ਵਿੱਚੋਂ ਸਿੱਖੇ ਹੋਏ ਬੋਲਾਂ ਦੇ ਨਾਲ ਆਪਣੇ ਜੀਵਨ ਦੇ ਕਿਰਦਾਰ ਨੂੰ ਨਹੀਂ ਘੜਿਆ ਤਾਂ ਯਾਦ ਰੱਖਿਓ, ਰੱਬੀ ਪਿਆਰ ਦੇ ਵਿੱਚੋਂ ਉਹ ਮਨੁੱਖ ਉਹ ਰਹਿਮਤਾਂ ਦਾ ਭਾਗੀ ਨਹੀਂ ਬਣਦਾ। ਬਹਾਦਰ ਸ਼ਾਹ ਕਹਿਣ ਲੱਗਾ ਵੀ ਮੇਰੇ ਗੱਲ ਦਿਲ ਨੂੰ ਨਹੀਂ ਲੱਗਦੀ। ਸਾਹਿਬ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਵੇਖ ਲੈਂਦੇ। ਕੁਛ ਦਿਨ ਹੋਏ ਸਾਡੇ ਦਰਬਾਰ 'ਚ ਵੀ ਇੱਕ ਬੰਦਾ ਸਿੱਕਾ ਭੇਟਾ ਕਰ ਗਿਆ ਭੁਲੇਖੇ ਨਾਲ। ਅੱਜ ਆਪਾਂ ਉਸ ਗੱਲ ਨੂੰ ਸਮਝਦੇ। ਸਾਹਿਬ ਨੇ ਉਹ ਸਿੱਕਾ ਦਿੱਤਾ, ਕਹਿਣ ਲੱਗੇ ਮੈਂ ਆਪਣੇ ਕਿਸੇ ਸਿੱਖ ਨੂੰ ਨਹੀਂ ਭੇਜਣਾ ਚਾਹੁੰਦਾ, ਤੁਹਾਡਾ ਬੰਦਾ ਕੋਈ ਜਾਵੇ ਬਹਾਦਰ ਸ਼ਾਹ ਜੀ। ਬਹਾਦਰ ਸ਼ਾਹ ਦਾ ਬੰਦਾ ਗਿਆ, ਕਹਿਣ ਲੱਗੇ ਬਾਜ਼ਾਰ ਵਿੱਚੋਂ ਜੋ ਤੁਹਾਨੂੰ ਮਿਲਦਾ ਖਾਣ ਪੀਣ ਲਈ ਉਹ ਲਿਆਓ। ਉਹ ਚਲਾ ਗਿਆ। ਉਹਨਾਂ ਚਿਰ ਗੁਰਮਤ ਦੀਆਂ, ਸਿਆਸਤ ਦੀਆਂ, ਅੱਗੇ ਆਉਣ ਵਾਲੇ ਸਮੇਂ ਦੀਆਂ, ਰਾਜ ਕਰਨ ਦੇ ਉਹਨਾਂ ਫਰਜ਼ਾਂ ਦੀਆਂ ਗੱਲਾਂ ਵਿਚਾਰਾਂ ਚੱਲਦੀਆਂ ਰਹੀਆਂ। ਕੁਝ ਸਮੇਂ ਬਾਅਦ ਉਹ ਸੇਵਕ ਵਾਪਸ ਹਾਜ਼ਰ ਹੋਇਆ, ਕਹਿਣ ਲੱਗਿਆ ਪਾਤਸ਼ਾਹ ਤੁਸੀਂ ਤਾਂ ਬੜਾ ਵੱਡਾ ਮਖੌਲ ਕੀਤਾ ਮੇਰੇ ਨਾਲ। ਸਾਹਿਬ ਕਹਿੰਦੇ ਕਿਉਂ? ਕਹਿਣ ਲੱਗੇ ਤਾਂ ਕਿਤੇ ਵੀ ਨਹੀਂ ਚੱਲਿਆ। ਕਹਿੰਦੇ ਕਿਉਂ? ਆਗਰਾ ਤੁਹਾਡਾ ਮੁਗਲਾਂ ਦਾ ਵਸਾਇਆ ਸ਼ਹਿਰ ਹੈ ਅਤੇ ਤੁਹਾਡਾ ਹੀ ਰਾਜ ਹੈ ਮੁਗਲਾਂ ਦਾ, ਮੁਗਲ ਰਾਜ ਦਾ ਹੀ ਸਿੱਕਾ ਹੈ, ਦੇਖੋ ਮੁਗਲ ਰਾਜ ਦੀ ਮੋਹਰ ਹੈ ਨਾ। ਕਹਿਣ ਲੱਗੇ ਹਾਂ, ਪਰ ਚੱਲਿਆ ਕਿਉਂ ਨਹੀਂ? ਕਹਿਣ ਲੱਗੇ ਸਤਿਗੁਰੂ ਮੋਹਰ ਤਾਂ ਠੀਕ ਹੈ, ਰਾਜ ਵੀ ਮੁਗਲਾਂ ਦਾ ਹੈ, ਸ਼ਹਿਰ ਵੀ ਮੁਗਲਾਂ ਦਾ ਹੀ ਹੈ, ਬਾਜ਼ਾਰ ਵੀ ਮੁਗਲਾਂ ਦੇ ਹੀ ਨੇ, ਮੈਂ ਮੁਗਲਾਂ ਕੋਲ ਹੀ ਗਿਆ ਸੀ, ਮੁਸਲਮਾਨਾਂ ਕੋਲ ਹੀ ਗਿਆ ਸੀ, ਪਰ ਚੱਲਿਆ ਕਿਉਂ ਨਹੀਂ? ਕਹਿੰਦੇ ਅਸਲ 'ਚ ਇਹਦੀ ਧਾਤ ਵਿੱਚ ਖੋਟ ਹੈ, ਇਹਦੇ ਅੰਦਰ ਖੋਟ ਹੈ। ਸਤਿਗੁਰੂ ਕਹਿਣ ਲੱਗੇ ਵੀ ਭਲਿਓ, ਕਲਮਾ ਪੜ੍ਹਨਾ ਇਵੇਂ ਜਿਵੇਂ ਇਹਦੇ ਉੱਤੇ ਲੱਗੀ ਹੋਈ ਅੱਖਰਾਂ ਦੀ ਮੋਹਰ ਹੈ। ਜਿਸ ਬੰਦੇ ਕੋਲ ਧਾਰਮਿਕ ਗ੍ਰੰਥਾਂ ਦੇ ਅੱਖਰ ਤਾਂ ਹੈ ਨੇ ਪਰ ਜੀਵਨ ਵਿੱਚ ਖੋਟ ਹੈ, ਉਹ ਪ੍ਰਵਾਨਗੀ ਨਹੀਂ ਲੈ ਸਕਦਾ। ਜਿਵੇਂ ਇਹ ਸਿੱਕਾ ਨਹੀਂ ਚੱਲਿਆ, ਧਾਰਮਿਕ ਬਾਹਰੀ ਪਹਿਰਾਵਾ ਪਾਉਣਾ, ਜ਼ੁਬਾਨ ਨਾਲ ਧਾਰਮਿਕ ਬੋਲ ਬੋਲਣੇ ਬਹੁਤ ਮੁਬਾਰਕ ਨੇ, ਪਰ ਉਹਦੇ ਮੁਤਾਬਕ ਆਪਣਾ ਜੀਵਨ ਵੀ ਬਣਾਉਣਾ ਪੈਂਦਾ, ਉਸ ਤਰ੍ਹਾਂ ਦੀ ਕਰਨੀ ਦੇ ਵਿੱਚ ਵੀ ਜਿਉਣਾ ਪੈਂਦਾ। ਗੁਰੂ ਜੀ ਨੇ ਸੁਖਮਨੀ ਸਾਹਿਬ ਦੇ ਪਾਵਨ ਬੋਲ ਬੋਲੇ, ਰਹਿਤ ਅਵਰ ਕਿਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂੰ ਪੀਣ, ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮ ਮਰੈ। ਅੰਦਰ ਵੀ ਕਰਨੀ ਦੇ ਜੀਵਨ ਜਿਉਣਾ ਪੈਂਦਾ। ਗੁਰੂ ਜੀ ਦੇ ਚਰਨਾਂ ਵਿੱਚ ਸਿਦਕ ਦਾ ਸਿਜਦਾ ਕੀਤਾ। ਕਹਿਣ ਲੱਗੇ ਪਾਤਸ਼ਾਹ ਮੈਨੂੰ ਹੁਣ ਪਤਾ ਲੱਗਿਆ, ਅਸਲ ਵਿੱਚ ਬਾਕੀਆਂ ਦਾ ਸੁਭਾਅ ਕਿਉਂ ਨਹੀਂ ਤਬਦੀਲ ਹੁੰਦਾ? ਕਿਉਂਕਿ ਉਹ ਕੇਵਲ ਕਲਮਾਂ ਤੱਕ ਰੁਕੇ ਹੋਏ ਨੇ। ਕਲਮਾ ਪੜ੍ਹਨਾ ਵੀ ਬੜਾ ਜ਼ਰੂਰੀ ਹੈ, ਤਾਂ ਹੀ ਬੰਦੇ ਨੂੰ ਗਿਆਨ ਆਏਗਾ, ਪਰ ਉਸ ਗਿਆਨ ਦੇ ਨਾਲ ਆਪਣੇ ਕਿਰਦਾਰ ਨੂੰ ਘੜਨਾ ਤਾਂ ਕਿ ਰੱਬੀ ਨਜ਼ਰਾਂ ਵਿੱਚ ਮੇਰਾ ਮੁੱਖ ਉਜਲਾ ਹੋ ਜਾਏ, ਇਹਦੇ ਲਈ ਕਰਨੀ ਵੀ ਬਹੁਤ ਜ਼ਰੂਰੀ ਹੈ। ਮੈਨੂੰ ਪਤਾ ਲੱਗਿਆ ਪਾਤਸ਼ਾਹ ਗੁਰੂ ਚਰਨਾਂ ਵਿੱਚੋਂ ਇਵੇਂ ਕਈ ਤਰ੍ਹਾਂ ਦੇ ਕੌਤਕ ਇਸ ਆਖਰੀ ਦੀ ਧਰਤੀ 'ਤੇ ਵਾਪਰੇ ਨੇ ਇਸ 3.5 ਮਹੀਨੇ ਦੇ ਸਮੇਂ ਵਿੱਚ। ਚੇਤੇ ਰੱਖੋ ਜੇ ਗੁਰੂ ਜੀ ਨੇ ਹਾਲੇ ਤੱਕ ਕਿਸੇ ਨੂੰ ਕੋਈ ਕੁਛ ਨਹੀਂ ਭਟਕਾਇਆ, ਇਹ ਹੈ ਗੁਰਮਤਿ।
ਕਿਸੇ ਨੂੰ ਨਹੀਂ ਕਿਹਾ ਵੀ ਜਿਹੜਾ ਬਹਾਦਰ ਸ਼ਾਹ ਬੈਠਾ ਇਹਦੇ ਬਾਪ ਨੇ ਇਹ ਕੁਛ ਕੀਤਾ ਸੀ, ਇਹਦੇ ਕੋਲ ਬਦਲਾ ਲੈਣਾ। ਬਿਲਕੁਲ ਬੜੀਆਂ ਠੰਮੇ ਨਾਲ, ਬੜੀਆਂ ਪਿਆਰ ਭਾਵਨਾ ਦੇ ਨਾਲ, ਰੱਬੀ ਰੂਹਾਂ ਨਾਲ ਰੱਬੀ ਗੱਲਾਂ ਕੀਤੀਆਂ ਨੇ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਰੱਬੀ ਰਹਿਮਤਾਂ ਦੀਆਂ ਸਾਂਝਾਂ ਪਾਈਆਂ ਨੇ, ਕਿਸੇ ਨੂੰ ਕਿਸੇ ਭਟਕਾਹਟ ਦੀ, ਕਿਸੇ ਨੂੰ ਆਪਣੇ ਨਾਲ ਹੋਈ ਬੇਇਨਸਾਫੀ ਦੀ, ਕਿਸੇ ਨੂੰ ਕਿਸੇ ਦੇ ਖਿਲਾਫ ਗੱਲ ਕਰਨ ਦੀ ਕੋਈ ਇੱਕ ਵਿਚਾਰ ਦਾ ਜ਼ਿਕਰ ਨਹੀਂ ਹੈ। ਇਹ ਹੈ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣੀ ਆਈ। ਇਹ ਨੇ ਗੁਰੂ ਦੀਆਂ ਰਹਿਮਤਾਂ, ਇਹ ਨੇ ਗੁਰੂ ਦੀਆਂ ਬਖਸ਼ਾਂ। ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਅੱਖਾਂ ਰਾਹੀਂ ਅੰਮ੍ਰਿਤ ਪੀਤਾ, ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਕੰਨਾਂ ਰਾਹੀਂ ਗੁਰੂ ਦੇ ਬੋਲਾਂ ਰਾਹੀਂ ਅੰਮ੍ਰਿਤ ਪੀਤਾ, ਪਤਾ ਨਹੀਂ ਕਿੰਨੇ ਅੱਕ ਨੇ ਆਪਣੇ ਅੰਦਰ ਦੇ ਔਗਣਾਂ ਨੂੰ ਤਿਆਗ ਕੇ ਗੁਣਾਂ ਨਾਲ ਝੋਲੀਆਂ ਭਰ ਲਈਆਂ। ਇਹ ਗੁਰੂ ਦੀਆਂ ਰਹਿਮਤਾਂ ਗੁਰੂ ਜਾਣੇ। ਆਪਾਂ ਤਾਂ ਬਾਹਰਲੇ ਦਿਸਦੇ ਪ੍ਰਗਟਾਵੇ ਵਿੱਚੋਂ ਕੁਝ ਅੱਖਰਾਂ ਦੀ ਸਾਂਝ ਪਾ ਕੇ ਗੁਰੂ ਦੀਆਂ ਉਸ ਵੱਡੇ ਦੀਆਂ ਵਡਿਆਈਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਅੱਗੇ ਸਤਿਗੁਰੂ ਜੀ ਹੁਣ ਇੱਥੋਂ ਜਾਂਦੇ ਨੇ, ਰਾਹ ਵਿੱਚ ਇੱਕ ਬੜੀ ਗੰਭੀਰ ਵਿਚਾਰ ਹੋਣੀ ਹੈ ਅਤੇ ਗੁਰੂ ਜੀ ਦਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਵੀ ਰਾਹ ਵਿੱਚ ਮਿਲਣਾ ਹੈ। ਇਹ ਸਾਰੀ ਵਿਚਾਰ ਆਉਣ ਵਾਲੇ ਸਮੇਂ 'ਚ ਸਾਂਝ ਪਾਵਾਂਗੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ, ਅਦਬ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਬੇਨਤੀ ਕਰਨਾ, ਸਤਿਗੁਰੂ ਸਾਨੂੰ ਸਭਨਾਂ ਨੂੰ ਗੁਰੂ ਦੇ ਦੱਸੇ ਹੋਏ ਉਪਦੇਸ਼ਾਂ ਨੂੰ ਕਮਾਉਣ ਦੀ ਜਾਚ, ਪ੍ਰੇਮ ਭਾਵਨਾ ਪੈਦਾ ਕਰੇ। ਆ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।